ਦੇ ਵਿੱਚ ਪਾਰਟਿਸਪੇਟ ਅਸੀਂ ਨਹੀਂ ਕਰਾਂਗੇ। ਪਾਲ ਸਿੰਘ ਜੀ ਪੁਰੇਵਾਲ ਇਸ ਦੇ ਵਿੱਚ ਲੱਗਦਾ ਕਿ ਪਾਰਟਿਸਪੇਟ ਕਰਨਗੇ, ਪਰ ਦੂਸਰੇ ਪਾਸੇ ਦੱਸ ਦਈਏ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੇ ਮੈਂਬਰ ਰਜਿੰਦਰ ਸਿੰਘ ਮਹਿਤਾ ਹਨ। ਅੱਜ ਉਹ ਸਵੇਰ ਸਰ ਕਾਫੀ ਬਿਜ਼ੀ ਸੀਗੇ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਅੰਦਰ ਹੀ, ਜਿਸ ਕਰਕੇ ਕਿ ਉਹਨਾਂ ਨੂੰ ਇਹ ਸਮੇਂ ਦਾ ਕਾਫੀ ਫਰਕ ਹੋਣ ਕਰਕੇ ਪ੍ਰੋਗਰਾਮ ਦੇ ਵਿੱਚ ਅਸੀਂ ਨਹੀਂ ਲੈ ਪਾ ਰਹੇ, ਕਿਉਂਕਿ ਜਿਹੜਾ ਸਮਾਂ ਉਹ ਦੇ ਰਹੇ ਨੇ ਉਸ ਵੇਲੇ ਫਿਰ ਸਾਡਾ ਪ੍ਰੋਗਰਾਮ ਸਮਾਪਤ ਹੋ ਜਾਣਾ। ਪਰ ਉਹਨਾਂ ਨੇ ਕਿਹਾ ਵੀ ਇੱਕ ਦੋ ਦਿਨਾਂ ਦੇ ਵਿੱਚ ਹੀ ਉਹ ਸਰੋਤਿਆਂ ਦੇ ਦਰਸ਼ਕਾਂ ਦੇ ਰੂਬਰੂ ਪੇਸ਼ ਹੋਣਗੇ ਤੇ ਦੱਸਣਗੇ ਕਿ ਨਵੇਂ ਕੈਲੰਡਰ ਦੇ ਬਾਰੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਚੁਏਸ਼ਨ ਕੀ ਹੈ। ਇਸ ਦੇ ਨਾਲ ਹੀ ਐਸਜੀਪੀਸੀ ਦੇ ਸਕੱਤਰ ਰੂਪ ਸਿੰਘ ਉਹਨਾਂ ਨਾਲ ਅਸੀਂ ਗੱਲ ਕੀਤੀ ਸੀ, ਉਹਨਾਂ ਨੇ ਫਿਰ ਥੋੜ੍ਹਾ ਜਿਹਾ ਕਮਾਲ ਦੀ ਗੱਲ ਹੈ ਕਈ ਵਾਰੀ ਹੋ ਜਾਂਦੀ ਕਿ ਇੰਨੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਉਹਨਾਂ ਨੇ ਕਿਹਾ ਕਿ ਮੈਨੂੰ ਤੇ ਪਤਾ ਹੀ ਨਹੀਂ ਗਾ ਕੀ ਕੁਛ ਹੋ ਰਿਹਾ, ਸੋ ਥੋੜ੍ਹਾ ਜਿਹਾ ਤੁਸੀਂ ਮੇਰੇ ਨਾਲ ਇਹਦੇ ਬਾਰੇ ਗੱਲ ਨਾ ਹੀ ਕਰੋ ਤਾਂ ਚੰਗੀ ਗੱਲ ਹੈ। ਸੋ ਦਲਮੇਗ ਸਿੰਘ ਜੀ ਵੀ ਜੋ ਕਿ ਸਕੱਤਰ ਹਨ ਐਸਜੀਪੀਸੀ ਦੇ, ਉਹ ਵੀ ਆਊਟ ਆਫ ਸਟੇਸ਼ਨ ਹਨ। ਸੋ ਪਿਛਲੇ ਕਾਫੀ ਦਿਨਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਜ਼ਿੰਮੇਵਾਰ ਅਧਿਕਾਰੀਆਂ ਦੇ ਨਾਲ ਅਸੀਂ ਗੱਲਬਾਤ ਜਿਹੜੀ ਸਰੋਤਿਆਂ ਦਰਸ਼ਕਾਂ ਦੇ ਰੂਬਰੂ ਪੇਸ਼ ਕਰ ਸਕੀਏ। ਦੇਖਦੇ ਹਾਂ ਸਾਡੇ ਨਾਲ ਕੌਣ ਨੇ ਲਾਈਨ ਤੇ। ਹੈਲੋ ਹੈਲੋ ਜੀ ਭਾਈ ਸਾਹਿਬ ਜੀ। ਹਾਂਜੀ ਮਹਾਰਾਜ, ਮੈਂ ਇੱਥੇ ਲੰਡਨ ਤੋਂ ਬੋਲਦਾ, ਤੁਸੀਂ ਆਪਣਾ ਇਹਦਾ ਕੋਈ ਸਾਊਂਡ ਸਿਸਟਮ ਠੀਕ ਕਰੋ, ਅੱਧਾ ਘੰਟਾ ਹੋ ਗਿਆ ਤੁਹਾਡੇ ਨਾਂ ਪਤਾ ਲੱਗ ਰਿਹਾ, ਜਿਹੜਾ ਅਮਰੀਕਾ ਤੋਂ ਬੋਲਦੇ ਕੀ ਕਹਿੰਦੇ ਆ, ਟਾਈਮ ਖਰਾਬ ਕਰ ਲਿਆ ਤੁਸੀਂ। ਓਕੇ ਜੀ, ਠੀਕ ਹੈ ਜੀ। ਇਹ ਦੇਖੋ ਜੀ ਬਈ ਮਨਦੀਪ ਸਿੰਘ ਜੀ ਸੰਧੂ ਸ਼ਾਇਦ ਕੰਟਰੋਲ ਰੂਮ 'ਚ ਹਨ, ਜੇ ਕੋਈ ਆਡੀਓ ਦੀ ਪ੍ਰੋਬਲਮ ਹੈ। ਵੈਸੇ ਲੱਗਦਾ ਕਿ ਉਹਨਾਂ ਦੀ ਡਾਕਟਰ ਪ੍ਰਿਤਪਾਲ ਸਿੰਘ ਹੁਣਾਂ ਦੇ ਵੱਲੋਂ ਜੋ ਆਵਾਜ਼ ਆ ਰਹੀ ਸੀ ਉਸ ਦੇ ਵਿੱਚ ਕੋਈ ਡਿਸਟਰਬੈਂਸ ਥੋੜ੍ਹੀ ਬਹੁਤੀ ਸੀ, ਪਰ ਦੂਸਰੀ ਜਿਹੜੀ ਹੈ ਪ੍ਰੋਗਰਾਮ ਦੀ ਅਦਰਵਾਈਜ਼ ਆਵਾਜ਼ ਰੇਡੀਓ ਅਤੇ ਸਰੋਤਿਆਂ ਦੇ ਨਾਲ ਨਾਲ ਖਾਸ ਤੌਰ 'ਤੇ ਟੈਲੀਵਿਜ਼ਨ ਦੇ ਦਰਸ਼ਕਾਂ ਦੇ ਲਈ ਵੀ ਠੀਕ ਠਾਕ ਪਹੁੰਚ ਰਹੀ ਹੈ। ਪਰ ਉਸ ਕਾਲ ਦੇ ਵਿੱਚ ਕੋਈ ਨਾ ਕੋਈ ਟਰਬਲ ਸੀਗੀ, ਪਰ ਫਿਰ ਵੀ ਅਸੀਂ ਚਾਹੁੰਦੇ ਸੀਗੇ ਵੀ ਥੋੜ੍ਹੀ ਜਿਹੀ ਡਿਸਟਰਬੈਂਸ ਦੇ ਬਾਵਜੂਦ ਸਾਨੂੰ ਉਹਨਾਂ ਦੀ ਆਵਾਜ਼ ਸਮਝ ਜ਼ਰੂਰ ਆ ਰਹੀ ਸੀ ਵੀ ਸ਼ਾਇਦ ਦਰਸ਼ਕ ਉਸ ਨੂੰ ਸਮਝ ਸਕਦੇ ਹੋਣ, ਪਰ ਜੇ ਉਹ ਨਹੀਂ ਠੀਕ ਤਰੀਕੇ ਦੇ ਨਾਲ ਤੁਹਾਡੇ ਤੱਕ ਗੱਲਬਾਤ ਪਹੁੰਚੀ ਤੇ ਪ੍ਰਮੁੱਖ ਤੌਰ ਤੇ ਉਸ ਦਾ ਸਾਰਾਂਸ਼ ਇਹੀ ਆ ਵੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨਵੀਂ ਜੋ ਅਕਾਲ ਤਖ਼ਤ ਵੱਲੋਂ ਅਕਾਲ ਤਖ਼ਤ ਦੇ ਵਿਖੇ ਹੋਈ ਮੀਟਿੰਗ ਦੇ ਵਿੱਚ ਸਿੰਘ ਸਾਹਿਬਾਨ ਦੇ ਵੱਲੋਂ ਗਠਿਤ ਕੀਤੀ ਗਈ 18 ਮੈਂਬਰੀ ਕਮੇਟੀ, ਉਸ ਦੇ ਵਿੱਚ ਕਿਹਾ ਗਿਆ ਵੀ ਸ਼ਮੂਲੀਅਤ ਨਹੀਂ ਕੀਤੀ ਜਾਵੇਗੀ। ਆਸਟ੍ਰੇਲੀਆ ਤੋਂ ਵੀ ਇੱਦਾਂ ਦੀਆਂ ਖਬਰਾਂ ਹਨ, ਪਾਕਿਸਤਾਨ ਤੋਂ ਵੀ ਇੱਦਾਂ ਦੀਆਂ ਹੀ ਹਨ, ਕੈਨੇਡਾ ਦੇ ਵਿੱਚ ਅਜੇ ਕੋਈ ਖਾਸ ਇਹਦੇ ਬਾਰੇ ਨਹੀਂ ਹੈ ਜੀ ਫੈਸਲਾ ਲਿਆ ਗਿਆ। ਰਣਜੀਤ ਸਿੰਘ ਜੀ ਦੁਲਾਏ ਜੋ ਕਿ ਚੇਅਰਮੈਨ ਹਨ ਓਨਟਾਰੀਓ ਸਿੱਖ ਸੈਂਡ ਗੁਰਦੁਆਰਾ ਕੌਂਸਲ ਦੇ, ਉਹਨਾਂ ਨੇ ਵੀ ਅਜੇ ਅਗਿਆਨਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਕਿਹਾ ਜੀ ਕਿ ਅਗਲੇ ਹਫ਼ਤੇ ਸਾਡੀ ਮੀਟਿੰਗ ਹੈ, ਉਸ ਦੇ ਵਿੱਚ ਫੈਸਲਾ ਕੀਤਾ ਜਾਵੇਗਾ। ਅਵਤਾਰ ਸਿੰਘ ਪੂਨੀਆ ਹੁਣਾਂ ਦੇ ਨਾਲ ਵੀ ਗੱਲਬਾਤ ਹੋਈ ਸੀ, ਉਹਨਾਂ ਨੇ ਕਿਹਾ ਵੀ ਆਉਣ ਵਾਲੇ ਦਿਨਾਂ 'ਚ ਮੀਟਿੰਗ ਕਰਕੇ ਫਿਰ ਆਖਰੀ ਫੈਸਲਾ ਕੀਤਾ ਜਾਵੇਗਾ। ਸੋ ਕੈਨੇਡਾ ਦੇ ਵਿੱਚ ਅਜੇ ਥੋੜ੍ਹੀ ਜਿਹੀ ਸਪੀਡ ਸਲੋ ਲੱਗਦੀ ਹੈ ਗੁਰਦੁਆਰਾ ਸਾਹਿਬਾਨਾਂ ਨੂੰ ਚਲਾਉਣ ਵਾਲੇ ਪ੍ਰਬੰਧਕਾਂ ਦੀ, ਪਰ ਅਮਰੀਕਾ ਦੇ ਵਿੱਚ ਜੋ ਹਨ ਇਹ ਪ੍ਰਬੰਧਕ ਕਾਫੀ ਇਸ ਮਾਮਲੇ ਦੇ ਵਿੱਚ ਲੀਡ ਲੈ ਕੇ ਲੱਗਦੇ ਆ। ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਗੱਲਬਾਤ ਹੁੰਦੀ ਹੈ, ਅਸੀਂ ਤੁਹਾਨੂੰ ਥੋੜ੍ਹਾ ਜਿਹਾ ਮੌਕਾ ਦਿੰਦੇ ਹਾਂ। ਬ੍ਰਿਗੇਡੀਅਰ ਸਾਹਿਬ ਕੀ ਹੱਪ ਆਪ ਤੁਹਾਡੇ ਜੋ ਤੁਸੀਂ ਡਾਕਟਰ ਪ੍ਰਿਤਪਾਲ ਸਿੰਘ ਹੁਣਾਂ ਦੀ ਗੱਲਬਾਤ ਸੁਣੀ ਹੈ? ਹਾਂਜੀ ਸਰਦਾਰ ਸਾਹਿਬ, ਸੌਰੀ ਜੇ ਨਹੀਂ ਸੁਣ ਸਕੇ ਬਹੁਤ ਸਾਡੇ ਸੁਣਨ ਵਾਲੇ ਸਰੋਤੇ। ਬੇਸਿਕਲੀ ਉਹਨਾਂ ਦਾ ਇਹ ਹੀ ਸੀਗਾ ਬਰੀਫ 'ਚ, ਉਹਨਾਂ ਨੇ ਇਹ ਕਿਹਾ ਕਿ ਜਿਹੜਾ ਕੈਲੰਡਰ 2003 'ਚ ਅਪਣਾਇਆ ਇਹਦੇ ਪਿੱਛੇ ਕਾਫੀ ਸੋਚ ਵਿਚਾਰ ਹੋਇਆ ਸੀ ਔਰ ਕਾਫੀ ਡੈਲੀਬਰੇਸ਼ਨ ਤੋਂ ਬਾਅਦ ਇਹ ਕੈਲੰਡਰ ਆਇਆ ਔਰ ਉਸ ਕੈਲੰਡਰ 'ਚ ਉਹ ਕਹਿੰਦੇ ਆ ਜਿਹੜੀ ਹੁਣ ਨਵੀਂ ਕਮੇਟੀ ਇਹਨਾਂ ਨੇ ਨਿਯੁਕਤ ਕੀਤੀ ਹੈ, ਇਹ ਕਮੇਟੀ 'ਚ ਦੋ ਤਿੰਨ ਮੈਂਬਰ ਤਾਂ ਇਹੋ ਜਿਹੇ ਆ ਜਿਹਨਾਂ ਦਾ ਉਹਨਾਂ ਨੂੰ ਪਤਾ ਹੀ ਹੈ ਕਿ ਉਹਨਾਂ ਦਾ ਬਾਇਸ ਦੂਸਰੇ ਕੈਲੰਡਰ ਨਹੀਂ ਹੈ ਐਕਸੈਪਟ ਪੁਰੇਵਾਲ ਸਾਹਿਬ, ਬਾਕੀ ਕੁਛ ਇੱਕ ਨਾਂ ਹਾਲੇ ਤੱਕ ਉਹਨਾਂ ਨੇ ਨਹੀਂ ਦੱਸੇ, ਪਰ ਜਿਹੜੇ ਨਾਂ ਦੱਸੇ ਆ ਉਹ ਕਹਿੰਦੇ ਆ ਵੀ ਅਸੀਂ ਇਹ ਜਿਹੜੀ ਕਮੇਟੀ ਨੂੰ ਅਸੀਂ ਇਹਦੀ ਨਿਖੇਧੀ ਕਰਦੇ ਹਾਂ, ਵੀ ਡੋਂਟ ਐਕਸੈਪਟ ਦਿਸ ਕਮੇਟੀ, ਬਟ ਉਹ ਸੁਜੈਸਟ ਕਰਦੇ ਵੀ ਜੇ ਤੁਸੀਂ ਕਮੇਟੀ ਬਣਾਉਣੀ ਹੈ, ਜੇ ਤੁਸੀਂ ਸੋਚਦੇ ਹੋ ਵੀ ਇਹ 'ਚ ਕੁਛ ਅਮੈਂਡਮੈਂਟ ਦੀ ਜ਼ਰੂਰਤ ਹੈ, ਆਫਟਰ ਆਲ ਇਟ ਇਜ਼ ਅ ਮੈਥਮੈਟੀਕਲ ਮਾਡਲ, ਫਿਰ ਉਹਦੇ ਜਿਹੜੇ ਮੈਂਬਰ ਹੋਣੇ ਚਾਹੀਦੇ ਉਹ ਟੈਕਨੀਕਲ ਮੈਂਬਰ ਹੋਣ, ਕੋਈ ਜੋਗ੍ਰਾਫੀ ਦਾ ਐਕਸਪਰਟ ਹੋਵੇ, ਕੋਈ ਮੈਥਮੈਟਿਕਸ ਦਾ ਐਕਸਪਰਟ ਹੋਵੇ, ਕੋਈ ਸਾਇੰਟੀਫਿਕ ਐਕਸਪਰਟੀਜ਼ ਹੋਵੇ, ਜਿਹਨਾਂ ਦਾ ਟੈਕਨੀਕਲ ਨੌਲੇਜ ਹੋਵੇ, ਉਹ ਜਿਹੜੇ ਕੋਈ ਕੰਟਰੀਬਿਊਟ ਕਰ ਸਕਣ, ਨਾ ਕਿ ਅਸੀਂ ਭਾਵਨਾਵਾਂ ਨਾਲ ਕਰਦੇ ਕਿ ਉਹ ਚੜ੍ਹਦੀ ਕਲਾ ਜਿਹਨੇ ਕਹਿੰਦੇ ਵੀ ਇਹ ਆਉਂਦੀਆਂ ਰਹਿੰਦੀਆਂ ਪ੍ਰੋਬਲਮ ਆਪਣੀ ਸਾਡੀ ਸਿੱਖਿਜ਼ਮ 'ਚ ਇਹ ਓਵਰਕਮ ਹੋ ਜਾਣਗੀਆਂ ਇਟ ਇਜ਼ ਓਵਰ ਆ ਪੀਰੀਅਡ ਆਫ ਟਾਈਮ। ਚਲੋ ਜੀ, ਆਸਵੰਦ ਰਹਿਣਾ ਚਾਹੀਦਾ। ਹਾਂਜੀ ਹਜ਼ਾਰਾ ਸਿੰਘ। ਹਾਂਜੀ ਜੋ ਸਾਹਿਬ, ਸਮੁੱਚਾ ਸਿੱਖ ਜਗਤ ਜੀ ਅਸਲ 'ਚ ਮਿਸਗਾਈਡ ਇੱਥੋਂ ਹੋ ਗਿਆ, ਜਾਂ ਕਹਿੰਦੇ ਵੀ ਗਲਤ ਰਸਤੇ 'ਤੇ ਇੱਥੋਂ ਚੜ੍ਹ ਗਿਆ ਕਿ ਸਾਨੂੰ ਇਹਦੇ ਲਈ ਕੈਲਕੂਲੇਸ਼ਨਾਂ ਦੇ ਮਾਹਰ, ਸਾਨੂੰ ਖਗੋਲ ਵਿਗਿਆਨੀ, ਸਾਨੂੰ ਭੂਗੋਲ ਵਿਗਿਆਨੀ, ਸਾਨੂੰ ਤਾਰਾ ਵਿਗਿਆਨੀ ਚਾਹੀਦੇ ਆ। ਇਹ ਕੈਲਕੂਲੇਸ਼ਨ ਦਾ ਮਸਲਾ ਨਹੀਂ ਗਾ, ਇਹ ਬਿਲਕੁਲ ਕੈਲਕੂਲੇਸ਼ਨ ਦਾ ਮਸਲਾ ਨਹੀਂ ਗਾ। ਸਾਡੀ ਸਮੱਸਿਆ ਇੱਥੋਂ ਪੈਦਾ ਹੋ ਗਈ, ਅਸੀਂ ਪਾਲ ਸਿੰਘ ਪੁਰੇਵਾਲ ਨੂੰ ਕੈਲੰਡਰ ਦੇ ਬਾਰੇ ਜਾਣਦੇ ਸੀ, ਅਸੀਂ ਉਹਨੂੰ ਗੁਰਬਾਣੀ ਦਾ ਮਾਹਰ ਮੰਨ ਲਿਆ। ਅੱਛਾ, ਗੁਰਬਾਣੀ ਦਾ ਮਾਹਰ ਮੰਨ ਕੇ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਤਾਂ ਕੈਲੰਡਰ ਦੇ ਮੁਤਾਬਕ ਗੁਰਬਾਣੀ ਸਿੱਧੀ ਕਰਾ ਰਹੇ ਹਾਂ। ਇਹ ਕੈਲਕੂਲੇਸ਼ਨ ਦਾ ਮਸਲਾ ਨਹੀਂ, ਮਸਲਾ ਸਿਰਫ ਸਾਰਾ ਇੰਨਾ
ਸੀ ਕਿ ਅਸੀਂ ਦਿਨ ਕਿਹੜੇ ਕਿਹੜੇ ਮਨਾਉਣੇ ਆ, ਉਸ ਤੋਂ ਬਾਅਦ ਉਹ ਡੇਟਾ ਇਤਿਹਾਸ ਦੇ ਵਿੱਚ ਪਈਆਂ, ਉਹਨਾਂ ਦੀ ਕਨਵਰਜਨ ਜਿਹੜੀ ਆ ਉਹ ਇੱਕ ਹਫ਼ਤੇ ਦਾ ਕੰਮ ਸੀ। ਇੱਕ ਅੱਛਾ ਹੁਣ ਸਵਾਲ ਪੈਦਾ ਹੁੰਦਾ ਵੀ ਜੇ ਹਫ਼ਤੇ ਦਾ ਕੰਮ ਸੀ ਤਾਂ 26 ਸਾਲ ਕਿਉਂ ਹੋ ਗਏ? 1994 ਤੋਂ ਸ਼ੁਰੂ ਹੋਈ ਗੱਲ 2015 'ਚ ਕਿਉਂ ਪਹੁੰਚ ਗਈ? ਇਹਦੇ ਪਿੱਛੇ ਜੀ ਇਹ ਜੋ ਕੁਛ ਵੀ ਆ ਰਿਹਾ, ਇਹ ਕੈਲੰਡਰ ਦਾ ਕੋਈ ਮਸਲਾ ਨਹੀਂ, ਕੈਲੰਡਰ ਦਾ ਕੋਈ ਵਿਦਵਾਨ ਨਹੀਂ, ਇਹਦੇ ਪਿੱਛੇ ਮਸਲੇ ਇਹ ਕਿਸੇ ਹੋਰ ਮਰਜ ਦੀਆਂ ਅਲਾਮਤਾਂ ਨੇ। ਉਹ ਇੱਕ ਪਹਿਲੀ ਜਿਹੜੀ ਮਰਜ ਸੀਗੀ ਉਹ ਅਸੀਂ ਗਲਤ ਧਾਰਨਾ ਜਿਹੜੀ ਪੈਦਾ ਕੀਤੀ ਕਿਸੇ ਸਮੇਂ ਵੀ ਅਕਾਲ ਤਖ਼ਤ ਜਿਹੜਾ ਸਰਵਉੱਚ ਆ, ਅਤੇ ਨਾਲ ਦੀ ਨਾਲ ਅਸੀਂ ਚੁੱਪ ਕੇ ਜਾਏ ਕਰ ਦਿੱਤਾ ਵੀ ਅਕਾਲ ਤਖ਼ਤ ਦਾ ਜਿਹੜਾ ਜਥੇਦਾਰ ਆ ਉਹ ਹੀ ਸਰਵਉੱਚ ਆ, ਅਤੇ ਉਸ ਤੋਂ ਬਾਅਦ ਸਿਆਸਤਦਾਨਾਂ ਨੇ ਇਸ ਗੱਲ ਨੂੰ ਪਕੜ ਲਿਆ ਵੀ ਜੇ ਕਿਸੇ ਤਰ੍ਹਾਂ ਅਕਾਲ ਤਖ਼ਤ ਦਾ ਡੰਡਾ ਸਾਡੇ ਹੱਥ ਆ ਜਾਏ ਅਤੇ ਵੀ ਅਸੀਂ ਕੌਮ ਨੂੰ ਆਪਣੇ ਤਰੀਕੇ ਨਾਲ ਚਲਾ ਰਹੇ ਹਾਂ, ਅਤੇ ਹਾਲਾਂਕਿ ਅਕਾਲ ਤਖ਼ਤ ਦੇ ਹੁਣ ਉਹਦੇ ਖਿਲਾਫ਼ ਬਗਾਵਤਾਂ ਹੋ ਰਹੀਆਂ ਨੇ। ਠੀਕ ਹੈ। ਅੱਛਾ, ਹੁਣ ਦੂਸਰਾ ਚੀਜ਼ ਸੀ ਸਾਡੀ ਜਿਹੜੀ ਜਿਹੜੀ ਮਰਜ਼ ਸੀ ਅਸਲੀ, ਜਿਹੜੀਆਂ ਅਲਾਮਤਾਂ ਆਰੰਭ ਕਰਨ ਦਾ ਮਤਲਬ ਉਜਾਗਰ ਹੋ ਰਹੀਆਂ ਨੇ, ਉਹ ਸੀ ਕਿ ਧਰਮ ਤੇ ਸਿਆਸਤ ਸਾਡੀ ਇਕੱਠੀ ਆ। ਹੁਣ ਸਾਰੇ ਪਾਸੇ ਤੋਂ ਆਵਾਜ਼ਾਂ ਆ ਰਹੀਆਂ ਨੇ ਨੁਕਸਾਨ ਹੋਣ ਤੋਂ ਬਾਅਦ ਵੀ ਇਸ ਮਲਗੋਬੇ ਨੇ ਬਹੁਤ ਨੁਕਸਾਨ ਕਰ ਦਿੱਤਾ, ਤੇ ਤੀਜਾ ਜੀ ਜਿਹੜਾ ਇਹਦਾ ਇਹਦੀ ਸਭ ਤੋਂ ਜਿਹੜੀ ਹੁਣ ਇਸ ਵਕਤ ਆ ਰਹੀ ਹੈਗੀ ਆ ਵੀ ਅਸੀਂ ਕੋਈ ਇੱਦਾਂ ਦਾ ਪ੍ਰੋਸੈਸ ਨਹੀਂ ਡਿਵੈਲਪ ਕਰ ਸਕੇ ਜਿਹਦੇ ਰਾਹੀਂ ਅਸੀਂ ਡਿਸਪਿਊਟ ਹੋਣ ਦੀ ਹਾਲਾਤ ਦੇ ਵਿੱਚ ਕਿਸੇ ਨਤੀਜੇ ਤੇ ਕਿਵੇਂ ਪਹੁੰਚਣਾ। ਠੀਕ ਹੈ। ਤੇ ਇਸ ਤੋਂ ਬਿਨਾਂ ਜੀ ਇੱਕ ਜਿਹੜਾ ਸਦਾ ਹੀ ਇਸ ਇੱਕ ਜਿਹੜੀ ਚੱਲੀ ਆਉਂਦੀ ਆ ਗੱਲ ਕਾਫੀ ਲੰਬੇ ਸਮੇਂ ਤੋਂ, ਕਹਿ ਤੇ ਇਹ ਜਾ ਰਿਹਾ ਵੀ ਅਕਾਲ ਤਖ਼ਤ ਦੀ ਮਰਿਆਦਾ ਸਾਰੇ ਡੇਰਿਆਂ ਤੇ ਲਾਗੂ ਹੋਵੇ, ਪਰ ਡੇਰਿਆਂ ਵੱਲੋਂ ਲਗਾਤਾਰ ਇਸ ਗੱਲ ਤੇ ਜ਼ੋਰ ਤੇ ਦਬਾਅ ਤੇ ਹੱਕ ਜਿਹੜਾ ਹੈਗਾ ਜਿਤਾਇਆ ਜਾ ਰਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਡੇਰਿਆਂ ਦੀ ਮਰਿਆਦਾ ਜਿਹੜੀ ਅਕਾਲ ਤਖ਼ਤ ਤੇ ਲਾਗੂ ਕੀਤੀ ਜਾਵੇ। ਇਹਦੀ ਤੁਸੀਂ ਇਹਦਾ ਜ਼ਿਕਰ ਜਿੱਦਣ ਭਾਈ ਜਸਵੀਰ ਸਿੰਘ ਰੋਡੇ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ, ਉਹਨੇ ਹੋਰ ਤਾਂ ਪਤਾ ਨਹੀਂ ਕੁਛ ਕੀਤਾ ਕਿ ਤਾਂ ਉਹਨੇ ਉੱਥੇ ਦੀ ਮਰਿਆਦਾ ਬਦਲ ਦਿੱਤੀ ਸੀ। ਤੁਸੀਂ ਓਪਨ ਥੋੜ੍ਹਾ ਜਿਹਾ ਅਸੀਂ ਦੱਸ ਦਈਏ ਸਰੋਤੇ ਦਰਸ਼ਕਾਂ ਨੂੰ ਆਪਾਂ ਜ਼ਰੂਰ ਹਜ਼ਾਰ ਸਿੰਘ ਜੀ ਵੀ ਜਿਹੜਾ ਇਹ 547 ਇੱਕ ਸਾਲ ਦੇ ਲਈ ਕੈਲੰਡਰ ਜਾਰੀ ਕੀਤਾ ਗਿਆ, ਉਸ ਦੇ ਵਿੱਚ ਹਾਂਜੀ ਕਾਫੀ ਸਾਰੀਆਂ ਤਬਦੀਲੀਆਂ ਨੇ। ਇੱਕ ਤਾਂ ਖਾਸ ਤੌਰ 'ਤੇ ਤਬਦੀਲੀ ਇਹ ਆ ਵੀ ਉਸ ਕੈਲੰਡਰ ਦੇ ਵਿੱਚ ਕਿਸੇ ਵੀ ਹਿੰਦੂ ਫੈਸਟੀਵਲ ਨੂੰ ਹਾਂਜੀ ਦਿਵਾਲੀ ਸਮੇਤ ਸ਼ਾਇਦ ਉਹਨਾਂ ਦੀਆਂ ਤਰੀਕਾਂ ਨੂੰ ਨਹੀਂ ਸ਼ਾਮਿਲ ਕੀਤਾ ਗਿਆ। ਸੋ ਇਸ ਦੇ ਨਾਲ ਹੀ ਇਹ ਹੈ ਜੀ ਵੀ ਕਾਫੀ ਫਰਕ ਜਿਹੜਾ ਖਾਸ ਤੌਰ 'ਤੇ ਗੁਰੂ ਰਾਮਦਾਸ ਜੀ ਦਾ ਜੋ ਪ੍ਰਕਾਸ਼ ਦਿਹਾੜਾ ਹੈ ਉਸ ਦੇ ਵਿੱਚ ਵੀ ਇਹ ਹੈ ਜੀ ਵੀ 9 ਅਕਤੂਬਰ ਤੋਂ ਬਦਲ ਕੇ ਇਸ ਨੂੰ 29 ਅਕਤੂਬਰ ਕੀਤਾ ਗਿਆ ਇਸ 547 ਦੇ ਵਿੱਚ। ਅਤੇ ਜੋਤੀ ਜੋਤ ਸਮਾਉਣ ਦਾ ਜੋ ਗੁਰੂ ਅਮਰਦਾਸ ਜੀ ਦਾ ਦਿਹਾੜਾ ਹੈ ਇਹ 28 ਸਤੰਬਰ ਨੂੰ ਮਨਾਇਆ ਜਾਏਗਾ ਬਜਾਏ ਇਸ ਦੇ ਕਿ ਪਿਛਲੇ ਕੈਲੰਡਰ ਦੇ ਮੁਤਾਬਕ 16 ਸਤੰਬਰ ਨੂੰ। ਇਸੇ ਤਰੀਕੇ ਦੇ ਨਾਲ ਜੀ ਵੀ ਗੁਰਤਖ਼ਤ ਗੱਦੀ ਦਿਵਸ ਜੋ ਗੁਰੂ ਅਮਰਦਾਸ ਜੀ ਦਾ, ਇਸੇ ਤਰੀਕੇ ਦੇ ਨਾਲ ਜੋਤੀ ਜੋਤ ਸਮਾਉਣ ਦਾ ਦਿਵਸ ਜੋ ਗੁਰੂ ਅੰਗਦ ਦੇਵ ਜੀ ਦਾ, ਅਤੇ ਇਸੇ ਤਰ੍ਹਾਂ ਜੋਤੀ ਜੋਤ ਸਮਾਉਣ ਦਾ ਦਿਵਸ ਜੋ ਗੁਰੂ ਹਰਗੋਬਿੰਦ ਜੀ ਦਾ, ਜੋਤੀ ਜੋਤ ਸਮਾਉਣ ਦਾ ਦਿਵਸ ਜੋ ਗੁਰੂ ਹਰਕ੍ਰਿਸ਼ਨ ਜੀ ਦਾ, ਗੁਰਤਖ਼ਤ ਗੱਦੀ ਦਿਵਸ ਜੋ ਗੁਰੂ ਤੇਗ ਬਹਾਦਰ ਜੀ ਦਾ, ਇਸੇ ਤਰੀਕੇ ਦੇ ਨਾਲ ਪ੍ਰਕਾਸ਼ ਦਿਹਾੜਾ ਗੁਰੂ ਤੇਗ ਬਹਾਦਰ ਜੀ ਦਾ, ਇਹ ਸਾਰੇ ਬਦਲੇ ਹੋਏ ਨੇ। ਸੋ ਇਸੇ ਤਰੀਕੇ ਦੇ ਨਾਲ ਪ੍ਰਕਾਸ਼ ਦਿਹਾੜਾ ਜੋ ਗੁਰੂ ਅਰਜਨ ਦੇਵ ਜੀ ਦਾ, ਇਸੇ ਤਰੀਕੇ ਦੇ ਨਾਲ ਪ੍ਰਕਾਸ਼ ਦਿਹਾੜਾ ਗੁਰੂ ਅੰਗਦ ਦੇਵ ਜੀ ਦਾ, ਅਤੇ ਗੁਰਤਖ਼ਤ ਗੱਦੀ ਦਿਵਸ ਗੁਰੂ ਹਰਗੋਬਿੰਦ ਸਾਹਿਬ ਦੀ। ਸੋ ਇਹ ਸਾਰੀਆਂ ਤਰੀਕਾਂ ਜਿਹੜੀਆਂ ਪਿਛਲੇ 2 ਸਾਲ ਦੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਤੋਂ ਬਿਲਕੁਲ ਡਿਫਰੈਂਟ ਹੋਣਗੀਆਂ ਇਸ 547ਵਾਂ ਸਾਲ ਦਾ ਜਿਹੜਾ ਨਾਨਕਸ਼ਾਹੀ ਕੈਲੰਡਰ ਪਰਸੋਂ ਨਵਾਂ ਜਥੇਦਾਰ ਸਾਹਿਬਾਨ ਦੇ ਵੱਲੋਂ ਜਾਰੀ ਕੀਤਾ ਗਿਆ। ਇਸ ਦੇ ਬਾਰੇ ਲੇਕਿਨ ਕਿ ਕਮਾਲ ਦੀ ਗੱਲ ਇਹ ਹੋਈ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜੀ ਉਹਨਾਂ ਨੇ ਬੜੀ ਵੱਡੀ ਆਲੋਚਨਾ ਕੀਤੀ ਆ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਲੱਬ ਦੇ ਵਿੱਚ। ਇਹ ਗੱਲ ਕਹਿੰਦੇ ਆ ਵੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਨ ਅਵਤਾਰ ਸਿੰਘ ਜੀ ਮੱਕੜ, ਉਹਨਾਂ ਦੇ ਕੋਲ ਕੋਈ ਹੱਕ ਹੀ ਨਹੀਂ ਗਾ ਨਾਨਕਸ਼ਾਹੀ ਕੈਲੰਡਰ ਨੂੰ ਇੱਕ ਪਾਸੇ ਕਰਨ ਦਾ, ਬਦਲਣ ਦਾ, ਜਾਂ ਹਾਂਜੀ ਉਸ ਨੂੰ ਲਾਗੂ ਨਾ ਕਰਨ ਦਾ। ਜਿਹੜਾ ਹੁਣ ਕਿਹਾ ਜਾ ਰਿਹਾ ਵੀ 547 ਸਾਲ ਦਾ ਕੈਲੰਡਰ ਛੁਪਾ ਕੇ ਨਾਨਕਸ਼ਾਹੀ ਕੈਲੰਡਰ ਨੂੰ ਇੱਕ ਪਾਸੇ ਕਰ ਦਿੱਤਾ ਗਿਆ ਅਤੇ ਬਿਕਰਮੀ ਕੈਲੰਡਰ ਜਿਹੜਾ ਦੁਬਾਰਾ ਫਿਰ ਲੈ ਆਉਂਦਾ ਗਿਆ। ਬੀਬੀ ਜਗੀਰ ਕੌਰ ਹੋਣਾ ਦਾ ਕਹਿਣਾ ਵੀ ਸਰਦਾਰ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਹਨ ਉਹਨਾਂ ਦੇ ਕੋਲ ਇਸ ਤਰ੍ਹਾਂ ਦਾ ਕੋਈ ਹੱਕ ਨਹੀਂ ਗਾ ਵੀ ਉਹ ਨਾਨਕਸ਼ਾਹੀ ਕੈਲੰਡਰ ਨੂੰ ਇੱਕ ਪਾਸੇ ਕਰਕੇ ਕੋਈ ਹੋਰ ਕੈਲੰਡਰ ਲੈ ਆਉਣ। ਉਸ ਦਾ ਕਾਰਨ ਉਹਨਾਂ ਨੇ ਇਹ ਦੱਸਿਆ ਵੀ ਜਿਹੜਾ ਇਹ ਖਾਸ ਤੌਰ 'ਤੇ ਕਿਉਂਕਿ ਸਮੁੱਚਾ ਕੇਸ ਹੈ ਜਿਹੜਾ ਜੀ ਵੀ ਇਹ ਇੱਕ ਤਾਂ ਅਦਾਲਤ ਦੇ ਵਿੱਚ ਚੱਲ ਰਿਹਾ ਸੁਪਰੀਮ ਕੋਰਟ ਦੇ ਵਿੱਚ, ਖਾਸ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਵੈਲਿਡਿਟੀ ਹੈ ਇਹ ਹੀ ਨਹੀਂ ਪਤਾ ਵੀ ਅਜੇ ਹੈ ਕਿ ਨਹੀਂ ਹੈ, ਨਵੀਂ ਇਲੈਕਸ਼ਨ ਤੋਂ ਬਾਅਦ ਜਨਰਲ ਹਾਊਸ ਦਾ ਗਠਨ ਤਾਂ ਹੋਇਆ ਹੀ ਨਹੀਂ ਹੈ। ਅਤੇ ਦੂਸਰੇ ਪਾਸੇ ਇਹ ਹੈ ਜੀ ਵੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਦੋਂ ਬੀਬੀ ਜਗੀਰ ਕੌਰ ਜੀ ਖੁਦ ਪ੍ਰਧਾਨ ਸਨ ਉਹਨਾਂ ਨੇ ਆਪ ਤਾਂ ਨਾਨਕਸ਼ਾਹੀ ਕੈਲੰਡਰ ਲੈ ਕੇ ਆਉਂਦਾ ਸੀਗਾ, ਜਿਸ ਕਰਕੇ ਉਹਨਾਂ ਨੇ ਇਸ ਦਾ ਜਿਹੜਾ ਆਪਣੇ ਵੱਲੋਂ ਵਿਰੋਧ ਦਾ ਪ੍ਰਗਟਾਵਾ ਕੀਤਾ ਵੀ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਤੁਹਾਡਾ ਕੋਈ ਪ੍ਰੋਗਰਾਮ ਦੇ ਵਿੱਚ ਆ ਕੇ ਇਸ ਦੇ ਬਾਰੇ ਵਿਚਾਰ ਹੋਵੇ ਤਾਂ ਜ਼ਰੂਰ ਹੁਣ ਅਸੀਂ ਤੁਹਾਨੂੰ ਮੌਕਾ ਦੇਵਾਂਗੇ। 416-640-0200 ਟੈਲੀਫੋਨ ਨੰਬਰ 'ਤੇ
खास तौर पर जो साडे रेडियो के स्रोते हैं वो टैलीफोन नंबर यही नोट कर जिस दे राही कि उन्होंने प्रोग्राम आना 416-640-0200 टैलीफोन नंबर से तुम आ सकते हो। पहला लाइन साड़िया काफ़ी बिजी सन सो कुछ एक लाइन सू आ भी रही सन लेकिन कि उन्होंने एयर पर असी नहीं ले जा सकिया 416-640-0200 टैलीफोन नंबर से तुम प्रोग्राम आ सकते हो। आ रहे हैं साडे दर्शक। हैलो हैलो जी भाई साहब जी बोलो जी जी आया हैलो इन्हों की लाइन लो जी कट्टी गई किसी गल पर लाइन कट्टी नहीं जानी चाहिए जरूर तुम प्रोग्राम आ सकते हो। जतेंद्र सिंह जी तुम सुन रहे हो सारी गलबात बिल्कुल जी बिल्कुल जी की कहना चाहते हो देखो जी जी गल चल रही वा भी सिख कौम पार जूगी ए हो जू ए नुकसान हो जू ये गल गुरु ग्रंथ साहब न संबंधित आ जो भी काम गुरु ग्रंथ साहब की गल आनी आ सिख कौम उ कटी आ जी बाकी ए आइडेंटिटी बड़ी होनी जरूरी चाहिए आ ए चाहिए आ क्योंकि आलरेडी बहुत जी घुसपैठ जिन्हां कौमां दे तुहानूं पहलां भी कई आम सुन चुके भी राज नहीं रहे ते उहनां दे इतिहास भी नहीं रहे इसे करके अज सिख कौम जिहड़ी आ उहदे इतिहास विच भी बड़ा कुछ तुसीं फिर किसे दिन टाक शो रख लिओ मैं तुहानूं दिखा दूंगा भी पुरानी हिस्टरी की कहिंदी सी ते अज दी हिस्टरी जिहड़ी आ उह किस तरह तब्दीलियां कीतियां गईआं ते उहदे च की वाधे घाटे कीते गए आ इसे तरह ही जे कैलेंडर नूं भी कल नूं तरोड़िया मरोड़िया जा सकदा किसी तरह भी अपना जिहड़ा वा भी उह इतिहास नूं अगे पिछे कीता जा सकदा है। पर जतेंद्र सिंह जी जो गल डॉक्टर प्रितपाल सिंह कह के गए आ भी इत्थे विशेष बुद्धिजीवियों की लोड़ है जिन्हों के कैलेंडर के बारे च कोई हाँ जी इनपुट पा सकते हो जिन्हों लोगों हम निहंग सिंह आके कमेटी के बैठ के कैलेंडर की बनाएंगे जी बिल्कुल तो मैं पहला भी कह चुका वहां पहला कि ये कैलकुलेशन वाले बंदे चाहिए आदि बड़ी लंबी क्योंकि अज नहीं ये किन्ने सैकड़े अरबों साल तक की जी कैलकुलेशन है वो भी सही होनी चाहिए आखो तुम कह रहे जी रजिंदर सिंह मेहता ने मेहता जरा वो मैंबर बन गया जरा बंदा आप खुद 12 पास है तो कल की कैलेंडर बना के दे दूंगा जी। ठीक है जी पर लंबे समय तो एग्जैक्टिव से तुम पता भी चल रहे हैं मैंबर जो मर्जी आज अज जो मर्जी आ मैं बहुत चिर का जो ट्रैक्टर वाहना वा तो जरूरी जी मैं ट्रैक्टर के बार पार्टसा बारे भी जानता वा। ठीक है जी देखते हैं तो तुहाडा की ख्याल है इस बारे जी। अरे मेरा ख्याल यह है जी जिहड़ा असीं कैलकुलेशन ते जोर दिंदे मुद्दा यह नहीं है अच्छा। मुद्दा यह चीज है भी असीं दिन साडे वास्ते किहड़े अहम ने ਸਾਡੇ ਵਾਸਤੇ ਜੇ ਸੁੱਖੇ ਜਿੰਦੇ ਦਾ ਦਿਨ ਐਮ ਆ ਤੇ ਫੈਸਲਾ ਅਸੀਂ ਕਰਨਾ ਇਹਦੇ ਬਾਰੇ ਨਿਹੰਗ ਸਿੰਘ ਆ ਕੇ ਵੀ ਦੱਸ ਸਕਦਾ ਵੀ ਕਿ ਵੀ ਇਹ ਸਾਨੂੰ ਦਿਨ ਮਨਾਉਣਾ ਚਾਹੀਦਾ ਕਿ ਨਹੀਂ ਮਨਾਉਣਾ ਚਾਹੀਦਾ ਹੁਣ ਸਵਾਲਾਂ ਦਾ ਸਵਾਲ ਹੈ ਵੀ ਭਾਈ ਦਿਲਾਵਰ ਸਿੰਘ ਦਾ ਦਿਨ ਅਜੇ ਤੱਕ ਕੁਛ ਨਹੀਂ ਹੈਗਾ ਠੀਕ ਹੈ ਜੀ ਹੁਣ ਇਹਦਾ ਫੈਸਲਾ ਪਾਲ ਸਿੰਘ ਪੁਰੇਵਾਲ ਕਰੇਗਾ ਕੈਲਕੂਲੇਸ਼ਨ ਲਈ ਮੈਥਮੈਟੀਸ਼ੀਅਨ ਚਾਹੀਦਾ ਕੋਈ ਬੰਦਾ ਜਾਂ ਕੋਈ ਖਗੋਲ ਵਿਗਿਆਨੀ ਚਾਹੀਦਾ ਸਿੱਖ ਕੌਮ ਨੂੰ ਦੱਸਣ ਲਈ ਵੀ ਕੀ ਭਾਈ ਦਿਲਾਵਰ ਸਿੰਘ ਦਾ ਦਿਨ ਮਨਾਉਣਾ ਚਾਹੀਦਾ ਜਾਂ ਨਹੀਂ ਮਨਾਉਣਾ ਚਾਹੀਦਾ ਇਹਦਾ ਫੈਸਲਾ ਕਿਸੇ ਮੈਥਮੈਟੀਸ਼ੀਅਨ ਨੇ ਨਹੀਂ ਕਰਨਾ ਇਹ ਬਹੁਤ ਗਲਤ ਧਾਰਨਾ ਹੋ ਗਈ ਆ ਸਾਨੂੰ ਤਾਂ ਸਿਰਫ ਇੱਕ ਪੇਪਰ ਲੈ ਕੇ ਉਹਨਾਂ ਤੇ ਲਿਸਟ ਬਣਾਉਣ ਦੀ ਲੋੜ ਆ ਵੀ ਅਸੀਂ ਆਹ 25 ਦਿਨ ਸਾਡੇ ਜਿਹੜੇ ਹੈਗੇ ਜੀ ਇਸ ਸਾਲ ਚ ਆਏ ਵਾ ਤੇ ਉਹ 25 ਦਿਨ ਜਿਹੜੇ ਹੈਗੇ ਨੇ ਕੈਲੰਡਰ ਤੇ ਜਿਹੜੇ ਹੈਗੇ ਕੈਲੰਡਰ ਬਣਿਆ ਬਣਾਤਾ ਐਸਵੀ ਕੈਲੰਡਰ ਆਲਰੇਡੀ ਬਣਿਆ ਬਣਾਤਾ ਪਿਆ ਆ ਮਾਰਕੀਟ ਚ ਅਵੇਲੇਬਲ ਆ ਉਸ ਕੈਲੰਡਰ ਤੇ ਲਿਖ ਕੇ ਅਸੀਂ ਸਰਕਾਰਾਂ ਨੂੰ ਦੇ ਦੇਣਾ ਤੇ ਛਾਪ ਦੇਣਾ ਵੀ ਆਹ ਸਾਡੇ ਦੇ ਰਹੇ ਆ ਚ ਦੂਜਾ ਤੇ ਰੌਲਾ ਹੀ ਕੋਈ ਨਹੀਂ ਥੋੜਾ ਜਿਹਾ ਮੌਕਾ ਦਈਏ ਆਪਾਂ ਸਰੋਤ ਦਰਸ਼ਕਾਂ ਨੂੰ ਵੀ ਨਾਲ ਦੀ ਨਾਲ ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰਦਾਰ ਜੀ ਕੀ ਹਾਲ ਹੈ ਜੀ ਠੀਕ ਆ ਜੀ ਮੈਂ ਆਪਣਾ ਸੁਝਾਅ ਦੇਣਾ ਚਾਹੁੰਦਾ ਦੇਖੋ ਆਪਾਂ ਸਾਰੇ ਇੱਥੇ ਪਿੰਡਾਂ ਚ ਬੈਠੇ ਆ ਸਾਰਾ ਕੁਛ ਆ ਆਪਣਾ ਦੇਖੋ ਆਪਾਂ ਕੰਮਾਂ ਤੇ ਵੀ ਜਾਂਦੇ ਆ ਆਪਣਾ ਜਿਹੜਾ ਇੱਥੇ ਦਾ ਇੰਗਲਿਸ਼ ਕੈਲੰਡਰ ਸਾਰੇ ਚੱਲਦਾ ਰਾਈਟ ਛੁੱਟੀਆਂ ਸਾਰੀਆਂ ਸਾਰੇ ਬੰਦਿਆਂ ਨੂੰ ਬੈਠ ਕੇ ਕੀ ਕਰਨਾ ਚਾਹੀਦਾ ਜਿੰਨੇ ਵੀ ਆਪਣੇ ਦਿਨ ਤਿਉਹਾਰ ਆ ਉਹਨਾਂ ਦਾ ਅੱਗੇ ਪਿੱਛੇ ਜਾ ਕੇ 5 ਈਅਰ ਬੈਕ 5 ਈਅਰ ਹੈਡ ਇੱਕ ਦਿਨ ਬਣਾ ਲਓ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਇਸ ਦਿਨ ਜਿਵੇਂ ਕ੍ਰਿਸਮਸ 25 ਨੂੰ ਆਉਂਦੀ ਆ ਰਾਈਟ ਠੀਕ ਹੈ ਸਾਰੇ ਦਿਨ ਪੱਕੇ ਕਰਕੇ ਉਹਨਾਂ ਸਾਰੇ ਮਹੀਨਿਆਂ ਚ ਪਰਮਾਨੈਂਟ ਹੋ ਜਾਊ ਉਹਦੇ ਨਾਲ ਇਹ ਹੋਊਗਾ ਜਿਹੜੇ ਆਉਣ ਵਾਲੀ ਜਨਰੇਸ਼ਨ ਆ ਸਾਡੀ ਉਹ ਵੀ ਕਿਉਂਕਿ ਉਹਨਾਂ ਨੇ ਤਾਂ ਇਹੀ ਕੈਲੰਡਰ ਫਾਲੋ ਕਰਨਾ ਉਹ ਆਪਣਾ ਸਾਰਾ ਮਨਾ ਸਕਣਗੇ ਸਾਰਾ ਕੁਝ ਸਹੀ ਤਰੀਕੇ ਜੇ ਆਪਾਂ ਇੱਦਾਂ ਹੀ ਕਿਉਂਕਿ ਮਹੀਨੇ ਵੱਡੇ ਛੋਟੇ ਆ ਕੋਈ ਮੂਨ ਨਾ ਚੱਲਦਾ ਕੋਈ ਸਨ ਨਾ ਚੱਲਦਾ ਕੋਈ ਕਦ ਨਾ ਚੱਲਦਾ ਜੇ ਆਪਾਂ ਜਿਹੜਾ ਸਟੈਂਡਰਡ ਆ ਦੇਖੋ ਆਪਾਂ ਹੁਣ ਸਾਇੰਸ ਦਾ ਜ਼ਮਾਨਾ ਐਵਰੀਥਿੰਗ ਸਟੈਂਡਰਡ ਆਈ ਰਾਈਟ ਹਰੇਕ ਚੀਜ਼ ਸਟੈਂਡਰਡ ਚ ਆ ਪਾਊਂਡ ਕਲੋ ਰਾਈਟ ਆਪਾਂ ਪੁੱਠੇ ਪਾਸੇ ਜਾਂਦੇ ਹਾਂ ਸਟੈਂਡਰਡ ਤੋਂ ਡਿਵੀਏਟ ਕਰਦੇ ਹਾਂ ਠੀਕ ਹੈ ਸੌਖਾ ਹੀ ਕੰਮ ਆ ਜਨਵਰੀ ਚ ਇਸਦਾ ਫਰਵਰੀ ਚ ਇਸਦਾ ਸਾਰਾ ਬਣਾ ਕੇ ਪੂਰਾ ਉਹ ਕਰ ਦੋ ਤੇ ਸਾਰੇ ਦੱਸ ਦੋ ਫਿਰ ਇੱਥੇ ਆਪਾਂ ਜੇ ਆਪਣੇ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਆਪਾਂ ਗੋਰਿਆਂ ਨੂੰ ਕਹਿ ਸਕਦੇ ਹਾਂ ਵੀ ਇੰਨੇ ਨਵੰਬਰ ਤੋਂ ਸਾਡਾ ਹੈਗਾ ਸਾਨੂੰ ਛੁੱਟੀ ਦਿਓ ਠੀਕ ਹੈ ਹੁਣ ਆਪਾਂ ਕੁਛ ਕਹਿ ਨਹੀਂ ਸਕਦੇ ਕੁਛ ਵੀ ਰਾਈਟ ਉਹਦੇ ਕਰਕੇ ਇਹ ਜਿਹੜੀ ਬਹੁਤ ਚੰਗੀ ਚੀਜ਼ ਆ ਜੇ ਇੱਦਾਂ ਹੋ ਜਾਵੇ ਇਹ ਬੈਸਟ ਤਰੀਕਾ ਇਹੀ ਆ ਬਾਕੀ
बहुत मेहरबानी जी, थैंक यू वेरी मच, बहुत धन्यवाद जी। अच्छा ब्रिगेडियर साहब, देखो एक कॉलर ने जिदा दसिया भी काम यह इन्ना औखा लगता नहीं, पर उत्थे किसी समझ ही नहीं आ रहा जी, ये नहीं इस तरह है कि देखो आफ्टर ऑल इट इज अ कैलकुलेशन एंड पुरेवाल साहब ही इज अ इंजीनियर, कंप्यूटर इंजीनियर है, उन्होंने कंप्यूटर मॉडल अज तो हजारा साल का जरूर कैलेंडर च पाया, वह सारा कुछ डेट सैट कीतियां। ਤੁਸੀਂ ਕਹਿੰਦੇ ਹੋ ਨਾ ਜਿਵੇਂ ਸਲਾਹ ਸਾਹਿਬ ਕਹਿੰਦੇ ਬਿਕਰਮੀ ਕੈਲੰਡਰ ਬਹੁਤ ਚੰਗਾ ਸੀ, ਇਹਨਾਂ ਤੋਂ ਮੈਂ ਪੁੱਛਣਾ ਚਾਹੁੰਦਾ ਕਿ 92 ਚ 95 ਚ 98 ਚ ਔਰ 99 ਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਦੋ ਵਾਰੀ ਆਇਆ ਔਰ ਇਨ ਬਿਟਵੀਨ ਇੱਕ ਸਾਲਾਂ ਚ ਆਇਆ ਹੀ ਨਹੀਂ ਹੈ, ਕਿਉਂ ਉਹ ਤੁਸੀਂ ਮੂਨ ਦੇ ਨਾਲ ਤੁਸੀਂ ਕੀਤਾ, ਸੱਤਵੇਂ ਦਿਨ ਹਾਫ ਪੋ ਦਾ ਮੂਨ ਹੋਊਗਾ ਤਾਂ ਉਸ ਦਿਨ ਆਏਗਾ, ਪਹਿਲਾਂ ਤਾਂ ਤੁਸੀਂ ਵੇਟ ਕਰੋ ਮੂਨ ਨੂੰ ਪੜ੍ਹੋ, ਉਹਨੇ ਜੇ ਉਹਨੂੰ ਤੁਹਾਨੂੰ ਡੇਟਾਂ ਦਿੱਤੀਆਂ, ਜੇ ਉਸ ਕੈਲੰਡਰ ਚ ਕੋਈ ਸ਼ੋਧ ਦੀ ਲੋੜ ਸੀਗੀ ਦੋ ਤਿੰਨ ਚੀਜ਼ਾਂ, ਫਿਰ ਕਮੇਟੀ ਜਿਵੇਂ ਕਿਹਾ ਵੀ ਐਕਸਪਰਟ ਵੀ ਹੋਣ ਔਰ ਨਿਹੰਗ ਸਿੰਘ ਵੀ ਲਾ ਦੋ ਇੱਕ ਮੈਂਬਰ, ਇਟ ਡਜ਼ਨਟ ਮੈਟਰ, ਬਟ ਨਿਹੰਗ ਸਿੰਘ ਉਹ ਨਾ ਲਾਓ ਵੀ ਜਿਹੜਾ ਪਹਿਲਾਂ ਹੀ ਉਹਨੇ ਹੱਥ ਉੱਧਰ ਨੂੰ ਖੜਾ ਕੀਤਾ ਹੋਵੇ ਮੈਂ ਅਪੋਜ਼ ਕਰਨਾ, ਉਹ ਲਾਓ ਜਿਹੜਾ ਸੂਝਵਾਨ ਬੰਦੇ ਜਿਹੜੇ ਆ ਕੌਮ ਦੇ ਉਹ ਲਾਓ, ਉਹੀ ਡਾਕਟਰ ਸਾਹਿਬ ਕਹਿੰਦੇ, ਡਾਕਟਰ ਸਾਹਿਬ ਇਹ ਨੀ ਕਹਿੰਦੇ ਵੀ ਸਾਰੇ ਤੁਸੀਂ ਪੜ੍ਹੇ ਲਿਖੇ ਇੰਜੀਨੀਅਰ ਡਾਕਟਰ ਉਹ ਲਾ ਦੋ ਉਹ ਚ 50-50 ਕਰ ਲਓ, ਪਰ ਦੇਖੋ ਉਸ ਤਰ੍ਹਾਂ ਲਾਓ। ਬ੍ਰਿਗੇਡ ਸਾਹਿਬ ਹੋਮਵਰਕ ਤਾਂ ਸਾਰਾ ਹੋਇਆ ਪਿਆ, ਖਰੜਾ ਆਪਣੇ ਕੋਲ ਹੈਗਾ, ਸਭ ਕੁਝ ਦੇਖਿਆ ਪੂਰਾ ਮਾਡਲ ਉਹਨਾਂ ਨੇ, ਤੇ ਹੁਣ ਤਾਂ ਸਿਰਫ ਦਿਨੇ ਫਿਕਸ ਕਰਨੇ ਵੀ ਕਿਹੜਾ ਕਦੋਂ ਹੋਊਗਾ, ਫਿਕਸ ਕਰਨ ਦੀ ਕੋਈ ਵੱਡੀ ਇਸ਼ੂ ਨਹੀਂ ਹੈ, ਬਟ ਇਸ਼ੂ ਬਣਾਈ ਜਾ ਰਹੀ ਹੈ। ਔਰ ਜਿਵੇਂ ਇਹਨਾਂ ਨੇ ਕਿਹਾ ਕਿ ਧਰਮ ਔਰ ਪੋਲਿਟਿਕਸ ਨੂੰ ਮਿਕਸ ਨਹੀਂ ਹੋਣਾ ਚਾਹੀਦਾ, ਆਈ ਐਗਰੀ ਵਿਦ ਦੈਟ, ਬਟ ਇਹ ਚੀਜ਼ ਤਾਂ ਪੋਲਿਟਿਕਸ ਆ ਰਹੀ ਹੈ। ਠੀਕ ਹੈ ਬ੍ਰਿਗੇਡ ਸਾਹਿਬ, ਆਪਾਂ ਜਿਹੜਾ ਬੰਦਾ ਨੋਵਿਸ ਵੀ ਹੈ ਉਹਨੂੰ ਵੀ ਲੱਗਦਾ ਕਿ ਦਿਨ ਦਾ ਪੋਲਿਟਿਕਸ। ਵੈਰੀ ਗੁੱਡ, ਲਓ ਜੀ ਅਸੀਂ ਥੋੜੇ ਜਿਹਾ ਸਰੋਤੇ ਦਰਸ਼ਕ ਕਾਫੀ ਦਿਲਚਸਪੀ ਲੈ ਰਹੇ, ਉਹਨਾਂ ਨੂੰ ਮੌਕਾ ਦਈਏ ਤੇ ਫਿਰ ਹਜ਼ਾਰਾ ਸਿੰਘ ਜੀ ਦੀ ਗੱਲ ਵੀ ਸੁਣਦੇ ਹਾਂ। ਹੈਲੋ ਪੁਰੇਵਾਲ ਪਤਾ ਨੀ ਕਿੰਨੇ ਸਾਲ ਉਹਨਾਂ ਨੇ ਲਾਏ ਆ ਆਫਟਰ ਆਲ ਬੰਦੇ ਨੇ, ਔਰ ਇਹ ਨੀ ਹੈਗਾ ਵੀ ਲੈ ਵੀ ਉਹਨੇ ਕਿੰਨਾ ਇਸ ਚੀਜ਼ ਨੂੰ ਸਟੱਡੀ ਕੀਤਾ ਹੋਏਗਾ, ਬਾਕੀ ਇਹ ਹੈ ਵੀ ਜਿਸ ਵੇਲੇ ਜਿਹੜੇ ਵੀ ਕੋਈ ਇਤਿਹਾਸਕ ਜਿਹੜੀਆਂ ਕੋਈ ਡੇਟਸ ਹੈਗੀਆਂ ਉਹਨਾਂ ਨੂੰ ਸਹੀ ਢੰਗ ਨਾਲ ਪਿਛਲੇ ਵੀ ਕਿਹੜੇ ਦਿਨ ਆਉਣੇ ਚਾਹੀਦੇ ਇਸ ਚੀਜ਼ ਦੀ ਉਹ ਕੈਲਕੂਲੇਸ਼ਨ ਕਰ ਰਹੇ ਸੀਗੇ। ਠੀਕ ਹੈ ਜੀ, ਤੇ ਤੁਸੀਂ ਸਾਰਿਆਂ ਨੇ ਤਕਰੀਬਨ ਅਸੀਂ ਬਹੁਤੀ ਗੱਲ ਨੂੰ ਕੀ ਵਧਾਉਣਾ ਕਿ ਸਾਰਿਆਂ ਨੇ ਜਿਹੜੇ ਡਿਫਰੈਂਟ ਜਿਹੜੇ ਹੈਗੇ ਕੋਈ ਵੀ ਸਕਾਲਰ ਹੈਗੇ ਉਹ ਆਰਟੀਕਲ ਲਿਖਦੇ ਇਹਦੇ ਤੇ ਉਹ ਬੜੇ ਵਿਸਤਾਰ ਨਾਲ ਲਿਖਿਆ ਹੁੰਦਾ, ਹਜ਼ਾਰਾ ਸਿੰਘ ਨੇ ਕਈ ਗੱਲਾਂ ਤਾਂ ਬਹੁਤ ਸੋਹਣੀਆਂ ਠੀਕ ਕਰਦੇ ਨੇ, ਪਰ ਕਈ ਵਾਰੀ ਇਹ ਹੈ ਵੀ ਕਿਸੇ ਦੀ ਇੰਨੀ ਮਿਹਨਤ ਕੀਤੀ ਤੇ ਜਿਹੜਾ ਪੋਚਾ ਜਾਂ ਫਿਰ ਕਰਨ ਉਹਨੂੰ ਮਤਲਬ ਕਹਿੰਦੇ ਵੀ ਲੈ ਵੀ ਖਰੇ ਇਹਦੀ ਕੋਈ ਲੋੜ ਹੀ ਨਹੀਂ ਹੈਗੀ। ਠੀਕ ਹੈ ਜੀ, ਅੱਜ ਚੰਗੀ ਗੱਲ, ਅੱਜ ਪ੍ਰੋਗਰਾਮ ਚ ਹੈਗੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ, ਜਿਸ ਬੰਦੇ ਨੇ ਉਹਨੇ ਆਪਣਾ ਸਾਰਾ ਤੋਂ ਘਰ ਦੇ ਕਹਿ ਲਓ ਵੀ ਕਰਜ਼ਾ ਚੱਕ ਕੇ ਮਾਰਗੇਜ ਚੱਕ ਕੇ ਇੰਨਾ ਸਾਰਾ ਉਹਨੇ ਆਪਣਾ ਜੀਵਨ ਲਾਇਆ, ਉਹਨੇ ਇੰਨਾ ਸਟਰਗਲ ਕੀਤੀ ਸੀ, ਹੁਣ ਜਿਹੜੇ ਕਿ ਕੋਈ ਬੰਦੇ ਜਿਹੜੇ ਬਾਅਦ ਪਿੱਛੇ ਬੈਠੇ ਉਹ ਸਾਰੇ ਉਹਦੇ ਚੇਟੇ ਮਾਰ ਕੇ ਜੀ ਲਓ ਜੀ ਤੱਕ ਠੀਕ ਕਰਨ ਨੂੰ ਕੋਈ ਨੀ ਹੈਗਾ। ਠੀਕ ਹੈ ਜੀ, ਬਹੁਤ ਮਿਹਰਬਾਨੀ, ਦੇਖਣੇ ਲਾਈਨਾਂ ਮਾਰਨ ਨੂੰ ਸਾਰੇ ਹੈਗੇ ਆ। ਦੇਖਦੇ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਆਪਾਂ ਇਹਨਾਂ ਕੋਲ ਪੁੱਛ ਲੈਂਦੇ ਹਾਂ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ। ਹਜ਼ਾਰਾ ਸਿੰਘ ਜੀ, ਤੁਸੀਂ ਇਹ ਜਿਹੜਾ ਖਬਰਨਾਮਾ ਦੇ ਵਿੱਚ ਬੜਾ ਡੀਟੇਲਡ ਆਰਟੀਕਲ ਲਿਖਿਆ ਸੀ, ਉਹਦੇ 'ਚ ਕਾਲਰ ਦੇ ਕਹਿਣ ਮੁਤਾਬਕ ਤੁਸੀਂ ਪੁੱਛਾ ਹੀ ਫੇਰਤਾ ਵੀ ਲੋੜ ਹੀ ਨਹੀਂ ਸੀ। ਨਹੀਂ ਜੀ, ਨਹੀਂ ਨਹੀਂ, ਇਸ ਤਰ੍ਹਾਂ ਲੋੜ ਉਹਦੇ 'ਚ ਇੱਕ ਗੱਲ ਜਿਹੜੀ ਸੀ ਜਿਸ ਨੂੰ ਮੈਂ ਉਭਾਰ ਕੇ ਉਹ ਚੀਜ਼ ਲਿਖਿਆ ਸੀ ਕਿ ਲੋੜ ਸੀਗੀ 10-12 ਦਿਨਾਂ ਨੂੰ ਫਿਕਸ ਕਰਨ ਦੀ। ਅੱਛਾ ਜੀ, ਨਾ ਕਿ ਇਹਦੇ ਬਾਰੇ ਹੋਰ ਕੋਈ ਸਿਧਾਂਤ ਨਵੇਂ ਖੜੇ ਕਰਨ ਦੀ, ਵੀ ਗੁਰਬਾਣੀ ਵਿਗੜਨ ਦਾ ਜਿਹੜਾ ਤੌਖਲਾ ਖੜਾ ਕਰਨ ਦੀ ਗੱਲ ਜਾਂ ਫਿਰ ਆਪਣੀ ਪਛਾਣ ਦੇ ਨਾਲ ਇਹਨੂੰ ਬੇਲੋੜਾ ਜੋੜਨ ਦੀ ਗੱਲ ਗੱਲ ਸੀ। ਅਸੀਂ ਜਿਹੜੇ 10-12 ਦਿਨ ਫਿਕਸ ਕਰਨੇ ਸੀ ਉਹ ਨਹੀਂ ਕਰ ਸਕੇ, ਹੋਇਆ ਇਹ ਵੀ 3 ਦਿਨ ਤਾਂ ਅਸੀਂ ਉਹ ਬਦਲਵੇਂ ਰੱਖ ਲੈ, ਐਡੇ ਵਿਦਵਾਨਾਂ ਦੀਆਂ ਕਮੇਟੀਆਂ ਬਣਾਈਆਂ, ਸਾਰਾ ਕੁਛ ਕੀਤਾ, ਜੇ ਉਹ ਸਾਰੇ ਦਿਨ ਹੀ ਨਹੀਂ ਫਿਕਸ ਕਰ ਸਕੇ। ਉਹਨਾਂ ਨੇ ਕਾਰਨ ਪਤਾ ਕੀ ਲਿਖਿਆ, ਉਹਨਾਂ ਦੀ ਰਿਪੋਰਟ ਮੈਂ ਪੜ੍ਹੀ ਪੂਰੀ ਤਰ੍ਹਾਂ, ਉਹ ਕਹਿੰਦੇ ਇਤਿਹਾਸਕ ਤੇ ਸੱਭਿਆਚਾਰਕ ਕਾਰਨਾਂ ਕਰਕੇ ਗੁਰੂ ਨਾਨਕ ਦਾ ਗੁਰਪੁਰਬ ਤੇ ਹੋਲਾ ਮੁਹੱਲਾ ਜਿਹੜਾ ਆ ਤੇ ਦੀਵਾਲੀ ਜਿਹੜੀ ਆ ਇਹ ਜਿਵੇਂ ਦੀ ਤਿਵੇਂ ਮਨਾਈ ਜਾਂਦੀ ਹੈ ਤਿਵੇਂ ਹੀ ਰਹਿਣ ਦਿੱਤੀ ਜਾਵੇ, ਇਤਿਹਾਸਕ ਤੇ ਸੱਭਿਆਚਾਰਕ ਕਾਰਨਾਂ ਕਰਕੇ ਇਹਨਾਂ ਨੂੰ ਦੇਸੀ ਉਹਦਾ ਕਾਰਨ। ਅੱਛਾ, ਹੁਣ ਪੁਰੇਵਾਲ ਸਾਹਿਬ ਨੂੰ ਜੀ ਮੈਂ ਉਹਨਾਂ ਦਾ ਸਲੂਟ ਕਰਦਾ, ਉਹਨਾਂ ਨੇ ਬਹੁਤ ਮਿਹਨਤ ਕੀਤੀ, ਉਹਨਾਂ ਨੇ ਮਿਹਨਤ ਇਸ ਗੱਲ ਲਈ ਵੀ ਇਹ ਆਪਣੇ ਜਿਹੜੇ ਜਿਹੜੀਆਂ ਸੀਗੀਆਂ ਬਿਕਰਮੀ ਕੈਲੰਡਰ ਦੀਆਂ ਤਰੀਕਾਂ ਉਹਨਾਂ ਨੂੰ ਟ੍ਰਾਂਸਫਰ ਕਰਨਾ ਈਸਵੀ ਕੈਲੰਡਰ ਦੇ ਵਿੱਚ, ਇਹ ਮਿਹਨਤ ਦਾ ਕੰਮ ਸੀ, ਇਹਦੇ ਪ੍ਰਤੀ ਉਹਨਾਂ ਨੂੰ ਸਨਮਾਨ ਕਰਨਾ, ਉਹਨਾਂ ਦਾ ਸਤਿਕਾਰ ਕਰਨਾ, ਉਹਨਾਂ ਦੀ ਮਿਹਨਤ ਨੂੰ ਸਲੂਟ ਕਰਨਾ ਬਣਦਾ, ਮੈਂ ਉਹਦੇ ਨਾਲ ਸਹਿਮਤ ਹਾਂ। ਪਰ ਉਸ ਤੋਂ ਬਾਅਦ ਇੱਕ ਵੀ ਜਦੋਂ ਅਸੀਂ ਡੇਟਾਂ ਫਿਕਸ ਕਰ ਲਈਆਂ ਫਿਰ ਉਹਨਾਂ ਦੇ ਵਾਸਤੇ ਆਪਾਂ ਨੂੰ ਕੋਈ ਰੌਲਾ ਨਹੀਂ ਪਾਉਣਾ ਚਾਹੀਦਾ। ਚਲੋ ਜੀ, ਫਿਰ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਸਮਾਂ ਬਾਕੀ ਹੈ। ਹੈਲੋ,
हेलो हाँ जी सतरीकाल जी सतरीकाल जी भाई साहब जी जी आयां नूं जी हां भाजी मैं तां कुछ नहीं सलाह देण लई मैं तां इस गल दे बारे सोचदा जी भी किते इह मसला घातक ना बन जाए कौम लई अद्धी कौम मन्नण नूं तैयार आ अद्धी कौम मन्नण लई नहीं तैयार इक कौम दे मसले इन्ने उलझे होए ने अद्धे कुछ कहिंदे आ अद्धे कुछ कहिंदे मीट खाण दा मसला डेरियां दा मसला पग्गां दा मसला संप्रदाय का मसला बड़े मसले ने इदा ही एक कैलेंडर का घातक मसला मैं कहना कि यह ना हो जाए कि उल्ट हो जाए काम आप ऊंची कौम उलझ जाए इदा ना कल हो जाए भी जिनी यह गल्ला बात बुआत छिड़िया होया कि हरेक गुरद्वारा अपना कैलेंडर बना के तुर पवे आपको अपनी मर्जी के दिन बना लैन मैं कोई एडा ज्यादा बदवान नहीं ना मैं कोई कुछ हो रहा वीर जी मैं तो इस गल के बैठा प्रोग्राम देख रहा ही सोच रहा जिन्निया गल्ला सुनिया जिन्ना कुछ होया कि कौम का कोई होर जानी माली नुकसान होने का मसला ना हल हो जाए क्योंकि जेडिया असल च चाला ने उन्हां बारे सोचण की कोशिश करो ते इस करके डगाई दियां गल्लां ने ते जे प्यार नाल ही निपट जाए सिख कौम कट्ठी हो जाए तो वधिया रहूगा ठीक है जे नहीं तो वीर जी मैनूं तां लगदा इह मसला उलझ गया होया क्योंकि देख लो किन्ने चिरां तों कैलेंडर दा मसला चल रहा किन्ने चिरां तों बाद बाद चल रहा कौम दे विच हुण जे सोचा जावे सिख कौम जिहड़ी आ ना ਉਹ ਸਿੱਖ ਕੌਮ ਤਾਂ ਰਹੀ ਨੀ ਅਸੀਂ ਤਾਂ ਮਸਲਿਆਂ ਦੀ ਕੌਮ ਬਣ ਗਿਆ ਵੀਰ ਜੀ ਕੋਈ ਤਾਂ ਕੋਈ ਮਸਲਾ ਸਾਡੀ ਕੌਮ ਚ ਆਇਆ ਹੀ ਰਹਿੰਦਾ ਕੋਈ ਤਾਂ ਕੋਈ ਮਸਲਾ ਸਾਡੇ ਚ ਉਲਝਿਆ ਹੀ ਰਹਿੰਦਾ ਠੀਕ ਹੈ ਸਭ ਤੋਂ ਛੋਟੀ ਕੌਮ ਅਸੀਂ ਹਾਂ ਸਭ ਤੋਂ ਜ਼ਿਆਦਾ ਹੋਏ ਉਲਝੇ ਹੋਏ ਅਸੀਂ ਠੀਕ ਹੈ ਉੱਚਾ ਨੀਵਾਂ ਬੋਲਿਆ ਚੱਲਿਆ ਮਹਾਵੀਰ ਜੀ ਬੜੇ ਡੈਮੋਕ੍ਰੇਟਿਕ ਡਿਸੀਜਨ ਲੈਂਦੇ ਰਹੇ ਆ ਸਿਰਫ ਹੁਣ ਆਫ ਲੇਟ ਹੋਇਆ ਕਿ ਪਿਛਲੇ ਕੁਝ ਸਾਲਾਂ ਤੋਂ ਕਿ ਅਸੀਂ ਇੱਕ ਡਿਕਟੇਟਰਸ਼ਿਪ ਟਾਈਪ ਜਦੋਂ ਡਿਕਟੇਟਰਸ਼ਿਪ ਹੋ ਜਾਂਦਾ ਫਿਰ ਉਹ ਹੋ ਹੀ ਗਿਆ ਹੁਣ ਵੀ ਅਸੀਂ ਡੈਮੋਕ੍ਰੇਟਿਕਲੀ ਜੇ ਪੂਰੇ ਵਰਲਡ ਚੋਂ ਆਵਾਜ਼ ਉੱਠ ਰਹੀ ਹੈ ਵੀ ਉਹ ਕੈਲੰਡਰ ਨੂੰ ਤੁਸੀਂ ਨਾ ਚੇਂਜ ਕਰੋ ਉਹਨੂੰ ਜੇ ਸੋਧਣਾ ਤਾਂ ਥੋੜੇ ਟੈਕਨੀਕਲ ਬੰਦੇ ਇਹੋ ਜਿਹੇ ਲਾਓ ਜਿਹੜੇ ਉਹ ਕਹਿੰਦੇ ਅੰਗਰੇਜ਼ੀ ਚ ਕਹਾਵਤ ਹੈ ਜੋਲ ਸਾਹਿਬ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਪਰ ਕਹਿਣ ਨੂੰ ਮਜਬੂਰ ਸੀਜ਼ਰਸ ਵਾਈਫ ਹੈਜ਼ ਟੂ ਬੀ ਅਬਵ ਬੋਰਡ ਸ਼ੀ ਹੈਜ਼ ਟੂ ਬੀ ਪਰਸੀਵਡ ਐਜ਼ ਅ ਗੁੱਡ ਲੇਡੀ ਬਾਈ ਦਾ ਪੀਪਲ ਨਾਟ ਦੈਟ ਓਨਲੀ ਸ਼ੀ ਹੈਜ਼ ਟੂ ਬੀ ਗੁੱਡ ਸੋ ਜਿਹੜੇ ਵੀ ਸਾਡੇ ਲੀਡਰ ਹੈ ਉਹਨਾਂ ਦੀ ਪਰਸੈਪਸ਼ਨ ਗਲਤ ਹੋ ਗਈ ਹੈ ਠੀਕ ਹੈ ਦੇ ਮੇ ਬੀ ਗੁੱਡ ਬਟ ਆਮ ਲੋਕਾਂ ਨੂੰ ਉਹਨਾਂ ਦੀ ਪਰਸੈਪਸ਼ਨ ਜਦ ਤੱਕ ਠੀਕ ਨਹੀਂ ਆਉਂਦੀ ਉਹ ਪਰਸੈਪਸ਼ਨ ਤਾਂ ਹੀ ਹੋ ਸਕਦੀ ਹੈ ਟ੍ਰਾਂਸਪੇਰੈਂਟ ਡਿਸੀਜਨ ਲੈਣ ਬਿਲਕੁਲ ਜੀ ਚਲੋ ਜੀ ਬ੍ਰਿਗੇਡੀਅਰ ਦਮਾਪ ਸਿੰਘ ਜੀ ਹੀਰ ਸਰਦਾਰ ਜਤਿੰਦਰ ਸਿੰਘ ਜੀ ਪ੍ਰੋਗਰਾਮ ਦਾ ਸਮਾਂ ਹੁਣ ਸਮਾਪਤੀ ਵਾਲੇ ਪਾਸੇ ਆਉਣਾ ਜੀ ਸਰੋਤਿਆਂ ਦਰਸ਼ਕਾਂ ਤੋਂ ਆਪਾਂ ਮਾਫ਼ੀ ਮੰਗਣੀ ਹੈ ਕਿ ਹੋਰ ਕਾਲਸ ਵਗੈਰਾ ਇਹ 'ਤੇ ਨਹੀਂ ਲਈਆਂ ਜਾਣਗੀਆਂ ਤੁਸੀਂ ਅਖੀਰ ਦੇ ਵਿੱਚ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਜਿਸ ਤਰ੍ਹਾਂ ਭਾਈ ਸਾਹਿਬ ਉਹਨਾਂ ਨੇ ਕਿਹਾ ਵੀ ਇਹ ਕੌਮ ਦਾ ਮਸਲਾ ਨਾ ਬਣ ਗਈ ਮਸਲੇ ਦੀ ਲੋਜੀ ਪਈ ਆ ਵੈਸੇ ਤੇ ਸੋਰੀ ਤੁਸੀਂ ਦੁਨੀਆਂ ਦੀ ਜਿੰਨੀਆਂ ਕੌਮਾਂ ਦੇਖੋ ਨਾ ਤੁਸੀਂ ਵੀ ਕਹਿ ਸਕਦੇ ਕਿ ਅਸੀਂ ਆ ਸਾਡੇ ਨਾਲ ਬਹੁਤ ਜ਼ਿਆਦਾ ਕੌਮਾਂ ਜ਼ਿਆਦਾ ਜਿਹੜੀਆਂ ਵਾ ਨਹੀਂ ਆਪਸ ਚਿਲਦੀਆਂ ਪਈਆਂ ਵਾ ਦੂਸਰੀਆਂ ਕੌਮਾਂ ਨੂੰ ਆਪਾਂ ਸਿਰਫ ਆ ਕਿ ਆਪਾਂ ਉਹਨਾਂ ਨੂੰ ਬਾਰੇ ਘੋਖਿਆ ਨੀ ਸਾਨੂੰ ਉਹਨਾਂ ਬਾਰੇ ਪਤਾ ਨੀ ਗਾ ਬਾਕੀ ਜਿਹੜੀ ਗੱਲ ਰਹਿ ਜਾਂਦੀ ਆ ਵੀ ਅਸੀਂ ਇਹਨੂੰ ਇਦਾਂ ਹੀ ਮੰਨ ਲਈਏ ਚੁੱਪ ਕਰਕੇ ਜਿਹੜੀ ਵੀ ਚੀਜ਼ ਦੀ ਪਾਰਦਰਸ਼ਤਾ ਲਿਆਉਣੀ ਆ ਤੇ ਉਹਨੂੰ ਬਾਹਰ ਲਿਆਣ ਕੇ ਤੇ ਲੋਕਾਂ ਨੇ ਵਿਖਾਉਣਾ ਪੈਣਾ ਤੇ ਉੱਥੇ ਕਿੰਤੂ ਪ੍ਰੰਤੂ ਹੋਊ ਤੇ ਫਿਰ ਉਹਦੇ ਚ ਪਾਰਦਰਸ਼ਤਾ ਆਉਣੀ ਆ ਠੀਕ ਹੈ ਪਾਰਦਰਸ਼ਤਾ ਲਿਆਉਣੀ ਆ ਤੇ ਕਿੰਤੂ ਪ੍ਰੰਤੂ ਹੋਣਾ ਬੜਾ ਜ਼ਰੂਰੀ ਆ ਫਿਰ ਹੀ ਆਊ ਜੇ ਚੁੱਪ ਕਰਕੇ ਸਿਰ ਲਾ ਕੇ ਮੰਨ ਲਿਆ ਤੇ ਉਹਦੇ ਚ ਪਾਰਦਰਸ਼ਤਾ ਨਹੀਂ ਹੁੰਦੀ ਉਹ ਚੀਜ਼ ਕਰੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਫਿਰ ਅਗਲੇ ਪ੍ਰੋਗਰਾਮਾਂ 'ਚ ਜੁੜਾਂਗੇ ਤੁਹਾਡੇ ਨਾਲ ਸ਼ੁਕਰੀਆ ਤੁਸੀਂ ਆਏ ਪ੍ਰੋਗਰਾਮ 'ਚ ਧੰਨਵਾਦ ਜੀ ਬਹੁਤ ਮਿਹਰਬਾਨੀ ਅੱਛਾ ਜੀ ਸਰਦਾਰ ਹਜ਼ਾਰਾ ਸਿੰਘ ਜੀ ਵੀ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕਮਾਲ ਦੀ ਗੱਲ ਤਾਂ ਇਹ ਹੈ ਵੀ ਜੇ ਹੋਰ ਕੌਮਾਂ ਲੜ ਵੀ ਰਹੀਆਂ ਫਰਜ਼ ਕਰੋ ਆਪਸ ਦੇ ਵਿੱਚ ਤਾਂ ਜ਼ਰੂਰੀ ਨਹੀਂ ਵੀ ਅਸੀਂ ਵੀ ਉਹਨਾਂ ਵਾਂਗੂ ਲੜੀ ਜਾਣਾ ਅਸੀਂ ਤਾਂ ਹੈ ਨਾ ਜੀ ਵੀ ਮਸਲੇ ਇਕੱਠੇ ਹੀ ਕਰੀ ਤੁਰੀ ਜਾਂਦੇ ਆਪਣੇ ਝੋਲੇ ਦੇ ਵਿੱਚ ਮੈਨੂੰ ਤਾਂ ਲੱਗਦਾ ਹੁਣ ਝੋਲੇ ਨਹੀਂ ਕਹਿਣਾ ਚਾਹੀਦਾ ਬੋਰੀਆਂ ਹੀ ਕਹਿਣਾ ਚਾਹੀਦਾ ਵੀ ਕੋਈ ਮਸਲਾ ਇੱਕ ਹਾਂਜੀ ਜਿੰਨੀ ਆਪਣੀਆਂ ਜ਼ਿੰਦਗੀਆਂ 50 ਸਾਲ ਪਿੱਛੇ ਚਲੇ ਜਾਓ ਵੀ ਕੋਈ ਮਸਲਾ ਹੱਲ ਹੋਇਆ ਨਹੀਂ ਨਜ਼ਰ ਹੋਇਆ ਵੀ ਆਹ ਮਸਲਾ ਜਿਹੜਾ ਜੀ ਨਿਬੇੜ ਲਿਆ ਹੁਣ ਆਪਾਂ ਆਹ ਫੜ ਲਿਆ ਬਸ ਮਸਲੇ ਹੀ ਮਸਲੇ ਨਵੇਂ ਤੋਂ ਨਵੇਂ ਆਈ ਜਾ ਰਹੇ ਆ ਪਰ ਮੈਂ ਇਸ ਗੱਲ ਨਾਲ ਕਦੀ ਵੀ ਸਹਿਮਤ ਨਹੀਂ ਵੀ ਜੇ ਹੋਰ ਕੌਮਾਂ ਦੇ ਵਿੱਚ ਲੜਾਈ ਆ ਤਾਂ ਜ਼ਰੂਰੀ ਆ ਵੀ ਸਾਡੀ ਸਿੱਖ ਕੌਮ 'ਚ ਵੀ ਲੜਾਈ ਹੀ ਹੋਣੀ ਚਾਹੀਦੀ ਆ ਵੀ ਅਸੀਂ ਪੀਸਫੁੱਲ ਕੌਮ ਵੀ ਹੋ ਸਕਦੇ ਹਾਂ ਹੋਰਨਾਂ ਦੇ ਮਸਲੇ ਹੱਲ ਕਰਾਉਣ ਦੇ ਵਿੱਚ ਸਹਾਈ ਵੀ ਹੋ ਸਕਦੇ ਹਾਂ ਇਹਦੇ ਮੁਕਾਬਲੇ ਕਿ ਜੇ ਹੋਰ ਕੌਮਾਂ ਦੇ ਵਿੱਚ ਵਿਖੇੜੇ ਆ ਤਾਂ ਸਾਡੇ ਵੀ ਵਿਖੇੜੇ ਵਧਣੇ ਚਾਹੀਦੇ ਆ ਜੀ ਬਿਲਕੁਲ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਨਹੀਂ ਵਧਣੇ ਚਾਹੇ ਇਹ ਜ਼ਰੂਰੀ ਨਹੀਂ ਵੀ ਬਾਕੀਆਂ ਦੇ ਵਿੱਚ ਵਿਖੇੜੇ ਸਾਡੇ ਵਿਖੇੜੇ ਵਧਣੇ ਚਾਹੀਦੇ ਉਹਦਾ ਕਾਰਨ ਇਹ ਆ ਕਿ ਇੱਕ ਤਾਂ ਹੈ ਵੀ ਅਸੀਂ ਲੋੜੋਂ ਵੱਧ ਜਜ਼ਬਾਤੀ ਹਾਂ ਹਾਂਜੀ
ਤੇ ਦੂਜੀ ਚੀਜ਼ ਵੀ ਮਸਲਿਆਂ ਨੂੰ ਕਿਸੇ ਵੀ ਡਿਸਪਿਊਟ ਹੋਣ ਦੇ ਹਾਲਾਤ ਵਿੱਚ ਵੱਖਰੇ ਵਿਚਾਰ ਹੋਣ ਦੇ ਹਾਲਾਤ ਵਿੱਚ ਅਸੀਂ ਕਿਸੇ ਨਤੀਜੇ 'ਤੇ ਕਿਵੇਂ ਪਹੁੰਚਣਾ ਕੋਈ ਡਿਸੀਜਨ 'ਤੇ ਕਿਵੇਂ ਪਹੁੰਚਣਾ ਉਹਦਾ ਸਾਡੇ ਕੋਲ ਪ੍ਰਕਿਰਿਆ ਉਹਦੀ ਸਾਡੇ ਕੋਈ ਪ੍ਰਕਿਰਿਆ ਜਿਹੜੀ ਆ ਉਹ ਨਾ ਹੋਣ ਕਰਕੇ ਠੀਕ ਹੈ ਕੈਲੰਡਰ ਦੇ ਮਸਲੇ 'ਚ ਜੀ ਮੈਂ ਹੱਲ ਜਿਹੜਾ ਹੈਗਾ ਉਹ ਲਿਖਿਆ ਵੀ ਸੀ ਉਹੀ ਸਭ ਤੋਂ ਮੇਰੇ ਹਿਸਾਬ ਨਾਲ ਵਾਜਬ ਹੱਲ ਆ ਕੁਛ ਨਹੀਂ ਹੈ ਐਡਾ ਲੰਬਾ ਚੌੜਾ ਜਿੰਨੇ 10-12 ਦਿਨ ਨੇ ਉਹ ਆਪਾਂ ਮਨਾਉਂਦੇ ਹਾਂ ਸਾਰੇ ਸੰਸਾਰ ਦੇ ਵਿੱਚ ਉਹਨਾਂ ਦੀਆਂ ਤਰੀਕਾਂ ਜਿਹੜੀਆਂ ਫਿਕਸ ਕਰ ਲਈਆਂ ਜਾਣ ਜਿਹੜੀਆਂ ਕਿ ਆਲਰੇਡੀ ਹੋਈਆਂ ਐਡੀ ਕੋਈ ਗੱਲ ਨਹੀਂ ਹੈ ਠੀਕ ਹੈ ਉਹਨਾਂ ਤੇ ਬਾਕੀ ਉਸ ਤੋਂ ਬਾਅਦ ਜਿਹੜੇ ਦਿਨ ਇੰਨੇ ਬਹੁਤ ਜ਼ਿਆਦਾ ਅਹਿਮ ਨਹੀਂ ਹੈ ਉਹਨਾਂ ਦੀ ਲਿਸਟ ਬੇਸ਼ੱਕ ਜਾਰੀ ਕਰ ਦਿੱਤੀ ਜਾਵੇ ਕੋਈ ਹਰਜ ਨਹੀਂ ਜਿਹੜੇ ਵੀ ਦਿਨ ਨੇ ਸਾਨੂੰ ਚੰਗੇ ਲੱਗਦੇ ਨੇ ਪਰ ਉਹਨਾਂ ਦੀਆਂ ਜੇ ਤਰੀਕਾਂ ਨਹੀਂ ਫਿਕਸ ਹੁੰਦੀਆਂ ਅਵਲ ਤਾਂ ਉਹਨਾਂ ਦੀਆਂ ਅਸੀਂ ਕਰ ਸਕਦੇ ਜਿਹੜੇ ਘੱਟ ਅਹਿਮ ਦਿਨ ਨੇ ਉਹਨਾਂ ਦੀਆਂ ਤਰੀਕਾਂ ਫਿਕਸ ਹੋਈਆਂ ਠੀਕ ਹੈ ਜਿਹੜੇ ਅਹਿਮ ਦਿਨ ਆ ਡਿਸਪਿਊਟ ਉਹਨਾਂ ਦਾ ਥੋੜ੍ਹਾ ਬਹੁਤਾ ਹੈ ਉਹਨਾਂ ਨੂੰ ਫਿਕਸ ਕਰ ਲਿਆ ਜਾਵੇ ਅਤੇ ਬਾਕੀ ਜੋ ਕੁਛ ਹੈਗਾ ਸਥਾਨਕ ਅਹਿਮੀਅਤ ਨੂੰ ਮੱਦੇ ਰੱਖਦੇ ਹਾਂ ਉਹ ਸਥਾਨਕ ਲੋਕਾਂ 'ਤੇ ਛੱਡ ਦਿੱਤਾ ਜਾਵੇ ਕਹਿਣ ਦਾ ਮਤਲਬ ਵੀ ਪੰਜਾਬ ਦੇ ਵਿੱਚ ਜਿਵੇਂ ਦੇ ਦਿਹਾੜੇ ਉੱਥੇ ਲੋਕ ਮਨਾਏ ਜਾਣ ਅਤੇ ਨੌਰਥ ਅਮਰੀਕਾ 'ਚ ਜਿਵੇਂ ਦੇ ਦਿਹਾੜੇ ਉਹ ਇੱਥੇ ਮਨਾਏ ਨਹੀਂ ਫਾਰ ਐਗਜ਼ਾਮਪਲ ਜੀ ਆਪਣੇ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਆਪਾਂ ਸਾਰੇ ਸੰਸਾਰ 'ਚ ਮਨਾਉਂਦੇ ਹਾਂ ਹਾਂਜੀ ਬਾਬਾ ਬੁੱਢਾ ਜੀ ਦਾ ਜਨਮ ਦਿਨ ਤਾਂ ਸਾਰੇ ਸੰਸਾਰ ਦੇ ਸਿੱਖ ਨਹੀਂ ਮਨਾਉਂਦੇ ਠੀਕ ਹੈ ਅਤੇ ਆਪਣੇ ਗੁਰੂ ਖਾਲਸੇ ਦਾ ਜਨਮ ਦਿਨ ਜਿਹੜਾ ਹੈਗਾ ਉਹ ਕਿਹੜੀ ਦਿਨ ਨੂੰ ਮਨਾਉਂਦੇ ਹਾਂ ਇਹ ਜਿਹੜੇ ਪ੍ਰਮੁੱਖ ਦਿਨ ਨੇ ਉਹ ਦਿਨ ਜਿਹੜੇ ਫਿਕਸ ਕਰ ਉਹ ਕਰ ਲਿਆ ਜਾਣ ਬਾਕੀ ਜਿਹੜੇ ਹੁਣ ਜਿੱਦਾਂ ਸੰਤ ਕਰਤਾਰ ਸਿੰਘ ਦਾ ਜਨਮ ਦਿਨ ਕਦੋਂ ਮਨਾਉਣਾ ਉਹ ਤਾਂ ਸਾਰੇ ਸੰਸਾਰ ਨੂੰ ਜਾਣਨ ਦੀ ਲੋੜ ਜੀ ਠੀਕ ਹੈ ਜੀ ਅਤੇ ਲਓ ਜੀ ਫਿਰ ਤੁਸੀਂ ਕਾਲਸ ਕਾਫੀ ਕਰ ਰਹੇ ਹੋ ਤਾਂ ਅਸੀਂ ਮਾਫ਼ੀ ਚਾਹੁੰਦੇ ਹੁਣ ਕਿਉਂਕਿ ਸਮਾਂ ਉਧਰੋਂ ਇਸ਼ਾਰਾ ਹੋ ਗਿਆ ਮਨਦੀਪ ਸਿੰਘ ਜੀ ਸੰਧੂ ਦਾ ਵੀ ਕੋਈ ਵੀ ਕਾਲ ਏਅਰ 'ਤੇ ਜਾ ਨਹੀਂ ਸਕੇਗੀ ਬ੍ਰਿਗੇਡੀਅਰ ਸਾਹਿਬ ਜੀ ਤੁਸੀਂ ਪ੍ਰੋਗਰਾਮ ਦੇ ਅਖੀਰ 'ਚ ਆਪਣੇ ਵਿਚਾਰ ਹਾਂਜੀ ਮੈਂ ਲਾਸਟ 'ਚ ਦੋ ਚੀਜ਼ਾਂ ਹੀ ਕਹਿਣਾ ਚਾਹੁੰਦਾ ਹਾਂਜੀ ਇੱਕ ਤਾਂ ਜਲ ਸਾਹਿਬ ਕਿ ਜਿਵੇਂ ਹੁਣ ਵਿਸਾਖੀ ਦਾ ਦਿਹਾੜਾ ਆ ਰਿਹਾ ਉਦੋਂ ਕਾਫੀ ਆਪਣਾ ਸਿੰਘਾਂ ਦਾ ਇਕੱਠ ਹੋਣਾ ਉਦੋਂ ਮੈਂ ਰਿਕੁਐਸਟ ਕਰਦਾ ਜਿਹੜੀ ਇੱਥੇ ਦੀ ਲੀਡਰਸ਼ਿਪ ਹੈ ਉਹ ਤਦੋਂ ਤੱਕ ਆਪਣਾ ਮਨ ਬਣਾ ਲੈਣ ਕਿ ਉਦੋਂ ਫਿਰ ਅਕਾਲ ਤਖ਼ਤ ਸਾਹਿਬ ਨੂੰ ਰਿਕੁਐਸਟ ਕੀਤੀ ਜਾਵੇ ਥਰੂ ਦੈਟ ਜਿੱਥੇ ਪੂਰੀ ਸੰਗਤ ਇਕੱਠੀ ਆਊਗੀ ਕਿ ਇਹ ਜਿਹੜਾ 2003 'ਚ ਕੈਲੰਡਰ ਤੁਸੀਂ ਇੰਪਲੀਮੈਂਟ ਕੀਤਾ ਜਿਵੇਂ ਹਜ਼ਾਰਾ ਸਿੰਘ ਹੁਣਾਂ ਨੇ ਵੀ ਕਿਹਾ ਕਿ ਉਹਨੂੰ ਜੇ ਕੋਈ ਅਮੈਂਡਮੈਂਟ ਕਰਨ ਦੀ ਅਮੈਂਡਮੈਂਟ ਦੀ ਚਾਹੇ ਲਿਸਟ ਭੇਜ ਦਿੱਤੀ ਜਾਵੇ ਔਰ ਲਿਸਟ ਸਾਰਿਆਂ ਨੇ ਸ਼ੇਅਰ ਕਰ ਲਈ ਜਾਵੇ ਜਿਵੇਂ ਅਮਰੀਕਾ ਦੀ ਕਮੇਟੀ ਹੈ ਯੂਕੇ ਦੀ ਕਮੇਟੀ ਹੈ ਦੂਸਰਾ ਲਾਸਟ 'ਚ ਜਲ ਸਾਹਿਬ ਦਿਓ ਪਰਮਿਸ਼ਨ ਦਾ ਮੈਂ ਇੱਕ ਅਨਾਊਂਸ ਕਰਨਾ ਚਾਹੁੰਦਾ ਕਿ ਸਾਡੀਆਂ ਬੇਟੀਆਂ ਨੇ ਇੱਕ ਲਾਅ ਫਰਮ ਸ਼ੁਰੂ ਕੀਤੀ ਹੈ KNP ਲਾਅ ਫਰਮ ਔਰ ਉਹਦਾ ਆਫਿਸ ਹੈਗਾ 2 ਕੰਟਰੀ ਕੋਰਟ ਬੁਲੇਵਾਰਡ ਸੂਟ ਹੈਗਾ 444 ਠੀਕ ਹੈ ਬ੍ਰੈਂਪਟਨ 'ਚ ਔਰ ਇਹ ਅਦਾਲਤ ਦੇ ਸਾਹਮਣੇ ਬਿਲਕੁਲ ਜੀ ਅਦਾਲਤ ਦੇ ਬਿਲਕੁਲ ਸਾਹਮਣੇ ਵੱਡੀ ਕੋਰਟ ਦੇ ਸਾਹਮਣੇ KNP ਲਾਅ ਫਰਮ ਐਂਡ ਉਹ 'ਚ ਮੇਰਾ ਆਪਣਾ ਵੀ ਇੰਟਰਸਟ ਹੈ ਵੈਰੀ ਗੁੱਡ ਵੈਰੀ ਤਾਂ ਦੇ ਕੈਨ ਆਲਵੇਜ਼ ਕਾਲ 905-965-6263 ਬਿਲਕੁਲ ਜੀ ਥੈਂਕ ਯੂ ਸੋ ਮਚ ਇਹ ਜੀ ਟੈਲੀਫੋਨ ਨੰਬਰ ਤੁਸੀਂ ਕਦੇ ਵੀ ਇੱਥੇ ਸਟੂਡੀਓ 'ਚ ਟੈਲੀਫੋਨ ਕਰਕੇ ਵੀ ਲੈ ਸਕਦੇ ਹੋ ਸੋ ਵੱਡੀ ਅਦਾਲਤ ਦੇ ਵਿੱਚ ਜਾਣਾ ਤਾਂ ਵਕੀਲ ਬਾਹਰੋਂ ਲਿਜਾਣ ਦੀ ਲੋੜ ਨਹੀਂ ਉੱਥੇ ਨਾਲੇ ਜਾਓ ਆਪਣਾ ਵਕੀਲ ਕਰੋ ਅਤੇ ਹਾਂਜੀ ਕੋਰਟ ਦੇ ਵਿੱਚ ਚਲੇ ਜਾਓ ਅਤੇ ਲਓ ਜੀ ਬ੍ਰਿਗੇਡੀਅਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਆਏ ਸੋ ਵੈਨਕੂਵਰ ਦੀ ਫੇਰੀ ਖਤਮ ਕਰਕੇ ਆ ਗਏ ਆ ਅਤੇ ਹੁਣ ਗਾਹੇ ਬਗਾਹੇ ਪ੍ਰੋਗਰਾਮਾਂ 'ਚ ਆਉਂਦੇ ਰਹਿਣਗੇ ਰੈਗੂਲਰਲੀ ਪੱਖਦੇ ਮਸਲੇ ਪ੍ਰੋਗਰਾਮਾਂ ਦੇ ਵਿੱਚ ਸ਼ਾਇਦ ਇੱਕ ਵੀਕ ਨਹੀਂ ਹੋਣਗੇ ਅਤੇ ਇਸ ਦੇ ਨਾਲ ਹੀ ਹਜ਼ਾਰਾ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚਾਹੀਦਾ ਸੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਅਤੇ ਸਰੋਤਿਆਂ ਅਤੇ ਦਰਸ਼ਕਾਂ ਦਾ ਧੰਨਵਾਦ ਤੁਸੀਂ ਲਾਈਨਾਂ ਛੱਡਦੇ ਹੋਗੇ ਅਸੀਂ ਹੁਣ ਲਾਈਨ ਏਅਰ 'ਤੇ ਤਾਂ ਲੈ ਨਹੀਂ ਸਕਾਂਗੇ ਅਤੇ 9:30 ਖੋਜ ਪ੍ਰੋਗਰਾਮ SS ਟੈਲੀਵਿਜ਼ਨ ਅਤੇ 10:00 ਹਿੰਦੀ ਫੀਚਰ ਫਿਲਮ ਅਤੇ ਰੇਡੀਓ ਸੁਰਸਾਗਰ ਅਤੇ ਅਗਲੇਰੇ ਪ੍ਰੋਗਰਾਮ ਖਬਰਾਂ ਤੋਂ ਬਾਅਦ ਗੀਤ ਸੰਗੀਤ ਅਤੇ ਫਿਰ ਸਵੇਰ ਸਾਰ ਧਾਰਮਿਕ ਪ੍ਰੋਗਰਾਮ ਆਰੰਭ ਹੋ ਜਾਣਗੇ ਸੋ ਸਾਰੇ ਪ੍ਰੋਗਰਾਮਾਂ ਦੇ ਨਾਲ ਜੁੜਨ ਦੇ ਲਈ ਅਸੀਂ ਸਾਰੇ ਸਰੋਤਿਆਂ ਦਾ ਦਰਸ਼ਕਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਤੁਸੀਂ ਕੋਈ ਵੀ ਪ੍ਰੋਗਰਾਮਾਂ ਦੇ ਬਾਰੇ ਗੱਲਬਾਤ ਕਰਨੀ ਹੋਵੇ ਤਾਂ 416-741-9600 ਦਿਨ ਦੇ ਸਮੇਂ ਟੈਲੀਫੋਨ ਨੰਬਰ ਹੈ ਕੱਲ੍ਹ ਨੂੰ ਸਾਡੀ ਤੁਹਾਡੀ ਮੁਲਾਕਾਤ ਲਾਈਵ ਸ਼ੋਅ ਦੇ ਵਿੱਚ 8:00 ਹੋਵੇਗੀ ਸੋ ਨੋਟ ਕਰੋ 7:00 ਨਹੀਂ 8:00 ਅਸੀਂ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਾਂਗੇ ਪ੍ਰੋਗਰਾਮ ਅਤੇ ਨਿਊ ਸਿਲਵਰ ਸ਼ੋਪ ਦੇ ਸਹਿਯੋਗ ਦੇ ਨਾਲ ਸ਼ੁੱਧ ਚਾਂਦੀ ਦਾ ਕੜਾ ਜਿੱਤਣਾ ਹੋਵੇਗਾ ਮੌਕਾ ਜੇ ਸਾਡੇ ਸਵਾਲ ਦਾ ਦਿੱਤਾ ਠੀਕ ਜਵਾਬ ਕੱਲ੍ਹ ਨੂੰ 8:00 ਤੋਂ ਬਾਅਦ ਅਤੇ ਪਰਸੋਂ ਨੂੰ ਵੀ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ 8:00 ਪੇਸ਼ ਕੀਤਾ ਜਾਵੇਗਾ ਇਸੇ ਤਰੀਕੇ ਦੇ ਨਾਲ ਹੁਣ ਲਾਈਵ ਸ਼ੋਅ 7:00 ਦੀ ਬਜਾਏ ਕੱਲ੍ਹ ਤੋਂ 8:00 ਸ਼ਾਮ ਨੂੰ ਆਰੰਭ ਹੋ ਜਾਵੇਗਾ ਇਸ ਭਗਤੇ ਮਸੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੈ ਲੇਕਿਨ ਕਿ ਕੈਲੰਡਰ ਦੇ ਸਿਲਸਿਲੇ ਦੇ ਵਿੱਚ ਜਿਉਂ ਹੀ ਅੱਗੇ ਚੱਲ ਕੇ ਸਮਾਂ ਸਾਨੂੰ ਮਿਲਦਾ ਗਿਆ ਅਸੀਂ ਲੀਡਰ ਸਾਹਿਬਾਨਾਂ ਦੇ ਨਾਲ ਤੁਹਾਨੂੰ ਉੱਥੋਂ ਜਾਣਕਾਰੀ ਲੈ ਕੇ ਦਿੰਦੇ ਰਹਾਂਗੇ ਲੇਕਿਨ ਕਿ ਜਿਵੇਂ ਕਿ ਸਦਾ ਹਜ਼ਾਰਾ ਸਿੰਘ ਜੀ ਅਤੇ ਸਦਾ ਬ੍ਰਿਗੇਡੀਅਰ ਨਵਾਬ ਸਿੰਘ ਜੀ ਹੀਰ ਹੋਣਾ ਨੇ ਦੱਸਿਆ ਹੀ ਹੈ ਕਿ ਥੋੜ੍ਹਾ ਜਿਹਾ ਸਾਨੂੰ ਇਸ ਸਿਲਸਿਲੇ ਦੇ ਵਿੱਚ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਕਾਲਰਸ ਨੇ ਵੀ ਦੱਸਿਆ ਕਿ ਸਾਨੂੰ ਆਪਸ ਦੇ ਵਿੱਚ ਫੁੱਟ ਪਾਉਣ ਦੀ ਲੋੜ ਨਹੀਂ ਇੱਕ ਹੋਣ ਦੀ ਲੋੜ ਹੈ ਅਤੇ ਅਸੀਂ ਮਸਲੇ ਨਜਿੱਠਣ ਵਾਲੀ ਕੌਮ ਬਣੀਏ ਮਸਲੇ ਪੈਦਾ ਕਰਨ ਵਾਲੀ ਅਤੇ ਮਸਲਿਆਂ ਦੇ ਢੇਰ ਉੱਤੇ ਸੌਣ ਵਾਲੀ ਕੌਮ ਨਾ ਬਣੀਏ ਸ਼ੁਕਰੀਆ